ਤੇ ਉਹਨੇ ਲੂਣ ਲਿਆ ਕੇ ਤਾਂ ਇਹਨਾਂ ਉਹ ਮੈਂ ਟੁੱਕ ਟੁੱਕ ਕੇ ਬਾਬਾ ਇੰਨੇ ਪੱਤੇ ਖਾ ਗਿਆ ਅਤੇ ਢਿੱਡ ਭਰਿਆ ਇਸ ਤਰ੍ਹਾਂ ਦੱਸਿਆ ਕਰਕੇ ਉਂਗਲੀ ਫਿਰੀ ਕਿੰਨੀਆਂ ਕਿੰਨੀਆਂ ਜੂਆਂ ਨਿਕਲਦੀਆਂ ਸੀ ਪੇਟ ਜਿਹੜਾ ਸੁੱਕ ਕੇ ਲੱਖ ਨਾਲ ਲੱਗ ਗਿਆ ਸੀ ਇੱਕ ਬੀਬੀ ਉਹ ਜਨਾਬ ਸਹਿ ਕੇ ਪਈ ਤੇ ਉਹਦੀ ਛਾਤੀ ਕੱਟੀ ਹੋਈ ਅੱਲਾ ਮਾਫ ਕਰੇ ਮੈਨੂੰ ਕਹਿੰਦੀ ਵੀਰ ਪਾਣੀ ਦੇ ਅਤੇ ਇੰਨੀਆਂ ਲਾਸ਼ਾਂ ਪਈਆਂ ਜਿਸ ਤਰ੍ਹਾਂ ਵਾਹਣ ਦੇ ਵਿੱਚ ਢੇਮਾਂ ਪਈਆਂ ਹੁੰਦੀਆਂ ਅਤੇ ਸਾਡੇ ਮਾਵਾਂ ਭੈਣਾਂ ਜਿਹੜੀਆਂ ਹੱਥ ਮੂੰਹ ਲੱਗਦੀਆਂ ਸਨ ਉਹ ਮੂੰਹ ਦੇ ਉੱਤੇ ਕਾਲਖ ਮਲ ਲੈਂਦੀਆਂ ਸੀ ਹੱਥਾਂ ਦੇ ਉੱਤੇ ਕਾਲਖ ਮਲ ਲੈਂਦੀਆਂ ਤੁਰੀਆਂ ਨੇ ਵਿੱਚੋਂ ਜਿਹੜੀ ਕੋਈ ਚੰਗੀ ਕੁੜੀ ਵੇਖਣੀ ਉਹਨੂੰ ਚੁੱਕ ਕੇ ਲੈ ਜਾਣਾ ਡੰਡਾ ਮੈਂ ਮਾਰਿਆ ਉਹਦੇ ਗਿੱਟਿਆਂ ਦੇ ਉੱਤੇ ਚੰਗਾ ਜੋੜ ਕੇ ਅਤੇ ਸਿੱਖ ਪਿੱਛੋਂ ਇੱਕ ਆਵਾਜ਼ ਦਿੰਦਾ ਕਹਿੰਦਾ ਦੇ ਤਾਂ ਸਾਲਾ ਸ਼ਰਮ ਨਹੀਂ ਆਉਂਦੀ ਹੈ ਕਿ ਬਾਲਾਂ ਦੇ ਮਗਰ ਦੌੜਦਾ ਸਿੱਖਾਂ ਨੇ ਮੁਰਦਾ ਸਾੜਿਆ ਅਸੀਂ ਦੋ ਤਿੰਨਾਂ ਮੁੰਡਿਆਂ ਨੇ ਮਤਲਬ ਲੱਛੂ ਅਤੇ ਇੱਕ ਮਤਲਬ ਗੁਜਰਾਂ ਦਾ ਮੁੰਡਾ ਸੀਗਾ ਅਤੇ ਇਸ ਤਰ੍ਹਾਂ ਕਰਕੇ ਦੋ ਕੁ ਹੋਰ ਰਲ ਗਏ ਦੋ ਤਿੰਨ ਮੁੰਡੇ ਅਸੀਂ ਆਖਿਆ ਇਹਦੇ ਵਿੱਚੋਂ ਮੜੀ ਦੇ ਵਿੱਚ ਨਾ ਮੋਛੇ ਲਿਆਈਏ ਚੁੱਕ ਕੇ ਅੱਛਾ ਜਾਣੇ ਬਾਲਣ ਚੁੱਕ ਕੇ ਲਿਆਈ ਛਲੀਆਂ ਭੁੰਨਾਂਗੇ ਅਸਲਾਮੁ ਅਲੈਕੁਮ ਸਤਿ ਸ਼੍ਰੀ ਅਕਾਲ ਪ੍ਰਣਾਮ ਮੈਂ ਹਾਂ ਤੁਹਾਡਾ ਵੀਰ ਅੱਬਾਸ ਲਾਸ਼ਾਰੀ ਅਤੇ ਤੁਸੀਂ ਜੁੜਿਓ ਸਾਂਝੇ ਵੇਲੇ ਚੈਨਲ ਦੇ ਨਾਲ ਇਸ ਚੈਨਲ ਦੇ ਰਾਹੀਂ ਤੁਹਾਡੇ ਨਾਲ ਯਾਦਾਂ ਸਾਂਝੀਆਂ ਕਰੀਦੀਆਂ ਨੇ ਉਸ ਵੇਲੇ ਦੀਆਂ ਜਦੋਂ ਅਨਵੰਡਿਆ ਅਤੇ ਸਾਂਝਾ ਪੰਜਾਬ ਸੀ ਬੇਸ਼ੱਕ ਅੱਜ ਉਹਨਾਂ ਹੀ ਯਾਦਾਂ ਦੀ ਸਾਂਝ ਕਰਨ ਲਈ ਮੈਂ ਇੱਕ ਬਜ਼ੁਰਗਾਂ ਦੇ ਕੋਲ ਆਣ ਬੈਠਾ ਵਾਂ ਅਤੇ ਉਹਨਾਂ ਦੇ ਕੋਲੋਂ ਉਸ ਸਾਂਝੇ ਵੇਲੇ ਦੀਆਂ ਯਾਦਾਂ ਪੁੱਛਣੇ ਹਾਂ ਅਤੇ ਉਹਨਾਂ ਕੋਲ ਉਸ 47 ਦੀ ਲਾਲ ਹਨੇਰੀ ਦੇ ਬਾਰੇ ਪੁੱਛਣੇ ਹਾਂ ਅਸਲਾਮ ਅਲੈਕੁਮ ਬਾਬਾ ਜੀ ਬਿਸਮਿਲਲਾ ਜੀ ਵਾਲੇਕੁਮ ਅਸਲਾਮ ਕੀ ਹਾਲ ਜੀ ਅਲਹਮਦੁਲਿਲਾ ਸ਼ੁਕਰ ਉਹਦੀ ਜ਼ਾਤ ਦਾ ਲੱਖ ਲੱਖ ਵਾਰੀ ਅਤੇ ਬਾਬਾ ਜੀ ਤੁਹਾਡਾ ਨਾਮ ਕੀ ਹੈ ਹਾਜੀ ਮੁਹੰਮਦ ਸ਼ਫੀਕ ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ ਹਾਜੀ ਗੁਲਾਮ ਕਾਦਰ ਅਤੇ ਤੁਹਾਡੇ ਦਾਦਾ ਜੀ ਦਾ ਹਾਜੀ ਉਮਰਦੀਨ ਸੀ ਉਹਨਾਂ ਦਾ ਨਾਮ ਅੱਛਾ ਅਤੇ ਆਪਣੀ ਕਿਹੜੀ ਬਰਾਦਰੀ ਹੈ ਅਸੀਂ ਜੀ ਆਪਣਾ ਨੰਦ ਰਾਜਪੂਤ ਨੇ ਇਸ ਵੇਲੇ ਅਸੀਂ ਕਿਹੜੇ ਪਿੰਡ 'ਚ ਬੈਠੇ ਹਾਂ ਅਸੀਂ ਇਸ ਵੇਲੇ ਇਹਨੂੰ ਪਹਿਲਾਂ ਤਾਂ ਢਾਬਾ ਸਿੰਘ ਕਹਿੰਦੇ ਸਨ ਇਸ ਵੇਲੇ ਇਹਦਾ ਨਾਮ ਹੈਗਾ ਸਫਤਰਾਬਾਦ ਇਹ ਜਿਹੜੀ ਮੰਡੀ ਸਫਦਰਾਬਾਦ ਹੈ ਜੀ ਜੀ ਇਹ ਹੁਣ ਤਾਂ ਤਹਿਸੀਲ ਬਣ ਚੁੱਕੀ ਹੈ ਜੀ ਜੀ ਤਹਿਸੀਲ ਬਣ ਚੁੱਕੀ ਅੱਛਾ ਅੱਛਾ ਅਤੇ ਇਹ ਜ਼ਿਲ੍ਹਾ ਜ਼ਿਲ੍ਹਾ ਸ਼ੇਖੂਪੁਰਾ ਇਹ ਪਹਿਲੇ ਸਫਦਰਾਬਾਦ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਵੀ ਚਲੇ ਗਈ ਸੀ ਜੀ ਚਲੇ ਗਿਆ ਸੀ ਇੱਕ ਵਾਰੀ ਅੱਛਾ ਫਿਰ ਮਤਲਬ ਇੱਥੋਂ ਦੇ ਲੋਕਾਂ ਨੇ ਕੋਸ਼ਿਸ਼ ਕਰਕੇ ਸ਼ੇਖੂਪੁਰੇ 'ਚ ਹੀ ਰਹਿਣਾ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਮੰਡੀ ਸਫਦਰਾਬਾਦ ਦੇ ਵਸਿੰਦੇ ਹੋ ਜਾਂ ਹਿੰਦੁਸਤਾਨ ਤੋਂ ਆ ਕੇ ਇੱਥੇ ਆਬਾਦ ਹੋਏ ਹੋ ਅਸੀਂ ਹਿੰਦੁਸਤਾਨ 'ਚੋਂ ਆਏ ਹਾਂ ਹਿੰਦੁਸਤਾਨ 'ਚੋਂ ਆਏ ਜੀ ਜੀ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ ਹਿੰਦੁਸਤਾਨ ਦੇ ਵਿੱਚ ਸਾਡੇ ਪਹਿਲੇ ਕਿੜੀ ਪਠਾਣਾ ਦੀ ਪਿੰਡ ਸੀ ਅੱਛਾ ਉਸ ਤੋਂ ਬਾਅਦ ਫਿਰ ਬਾਗੜੀਆਂ ਪਿੰਡ ਸੀ ਸਾਡਾ ਉੱਥੇ ਸਾਨੂੰ ਰਕਬਾ ਸੀ ਲਿਆ ਥੋੜ੍ਹਾ ਜਿਹਾ ਅੱਛਾ ਅਤੇ 300 ਰੁਪਏ ਦਾ ਕਿੱਲਾ ਅੱਛਾ ਅਤੇ ਉਹ ਅਸੀਂ ਲਿਆ ਅਤੇ ਉਹ ਉੱਥੇ ਫਿਰ ਵਾਹੀ ਕਰਦੇ ਰਹੇ ਫਿਰ ਉਹਨਾਂ 'ਚ ਨੂੰ ਇਹ ਉਜਾੜੇ ਪੈ ਗਏ ਅੱਛਾ ਅਤੇ ਉਹ ਉਜਾੜੇ ਪਏ ਅਤੇ ਫਿਰ ਅਸੀਂ ਇੱਥੇ ਆ ਗਏ ਇੱਥੇ ਆ ਗਏ ਹਾਂਜੀ ਅਤੇ ਇਹ ਜਿਹੜਾ ਤੁਹਾਡਾ ਕੀੜੀ ਪਠਾਣਾ ਦੀ ਜਿਹੜੀ ਇਹ ਕੀੜੀ ਪਠਾਣਾ ਦੀ ਜਿਹੜਾ ਪਿੰਡ ਹੈ ਇਹ ਕਿਹੜੀ ਤਹਿਸੀਲ 'ਚ ਪੈਂਦਾ ਸੀ ਇਹ ਤਹਿਸੀਲ ਦੇ ਬਾਰੇ 'ਚ ਮੈਨੂੰ ਨਹੀਂ ਪਤਾ ਪੱਕਾ ਜ਼ਿਲ੍ਹਾ ਗੁਰਦਾਸਪੁਰ ਸੀ ਅੱਛਾ ਜ਼ਿਲ੍ਹਾ ਗੁਰਦਾਸਪੁਰ ਸੀ ਅਤੇ ਇਹ ਦੱਸ ਸਕਦੇ ਹੋ ਕਿ ਇਹ ਪਿੰਡ ਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਸਨ ਹਾਂਜੀ ਹੈਗੇ ਸਨ ਭੇਟਾਂ ਸੀ ਅੱਛਾ ਭੇਟਾਂ ਸੀ ਅਤੇ ਮਾੜੀ ਸੀ ਅਨਗੜ ਮਾੜੀ ਸੀ ਅੱਛਾ ਇਸ ਤਰ੍ਹਾਂ ਹੈਗੇ ਸਨ ਪਿੰਡ ਮੇਰੇ ਕੋਈ ਯਾਦ ਨਹੀਂ ਬਾਗੜੀਆਂ ਦੇ ਆਲ ਦੁਆਲ ਪਿੰਡਾਂ ਦੇ ਨਾਵਾਂ ਦਾ ਪਤਾ ਜੀ ਉੱਥੇ ਦੋ ਬਾਗੜੀਆਂ ਸੀ ਅੱਛਾ ਉਹ ਬਾਗੜੀਆਂ ਹੈਗੀਆਂ ਸੀ ਇੱਕ ਮੀਆਂ ਖਾਨ ਦੀ ਬਾਗੜੀ ਹਾਂਜੀ ਅਤੇ ਇੱਕ ਆਪਣਾ ਹੈਗੇ ਸੀ ਲਾਗੇ ਜਲਾਲਪੁਰ ਅੱਛਾ ਜਲਾਲਪੁਰ ਫਿਰ ਨਾਲ ਹੋਰ ਪਿੰਡ ਹੈਗੇ ਸੀ ਭੈਣੀ ਅੱਛਾ ਇਸ ਤਰ੍ਹਾਂ ਪਿੰਡ ਹੈਗੇ ਸੀ ਲਾਗੇ ਲਾਗੇ ਤੁਹਾਡਾ ਬਚਪਨ ਕਿੱਥੇ ਗੁਜ਼ਰਿਆ ਬਾਗੜੀਆਂ ਗੁਜ਼ਰਿਆ ਜਾਂ ਕੀੜੀ ਪਠਾਣਾ ਦੀ ਨਹੀਂ ਬਚਪਨ ਸਾਡਾ ਮੇਰਾ ਤਾਂ ਥੋੜ੍ਹਾ ਕੀੜੀ ਪਠਾਣਾ 'ਚ ਗੁਜ਼ਰਿਆ ਬਾਕੀ ਬਾਗੜੀਆਂ ਗੁਜ਼ਰਿਆ ਜਿਸ ਸੰਨ 35 ਦੀ ਮੇਰੀ ਪੈਦਾਇਸ਼ ਅੱਛਾ ਮਾਸ਼ਾਅੱਲਾ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਉਸ ਵੇਲੇ ਮੈਨੂੰ ਚੰਗੀ ਹੋਸ਼ ਸੀ
अच्छा हाँ जी ਤੇ ਇਹ ਜਿਹੜਾ ਬਾਗੜੀਆਂ ਦੇ ਵਿੱਚ ਤੁਸੀਂ ਕਿੰਨੀ ਕੁ ਦੇਰ ਪਹਿਲੇ ਆ ਗਏ ਸੀ ਪਾਕਿਸਤਾਨ ਬਣਨ ਤੋਂ ਕਿੰਨੀ ਦੇਰ ਪਹਿਲੇ ਅਸੀਂ ਉੱਥੇ ਰਹੇ ਤਕਰੀਬਨ 8-9 ਸਾਲ ਪਹਿਲੇ ਇਹਦਾ ਮਤਲਬ ਇਹ ਵੇ ਕਿ ਕੀੜੀ ਪਠਾਨਾ ਦੀ ਵਿੱਚ ਤੁਸੀਂ ਬਸ ਐਵੇਂ ਥੋੜਾ ਕੁ ਅਰਸਾ ਗੁਜ਼ਾਰਿਆ ਥੋੜਾ ਅਰਸਾ ਗੁਜ਼ਾਰਿਆ ਹਾਂਜੀ ਉੱਥੋਂ ਦੀਆਂ ਤੁਹਾਨੂੰ ਫਿਰ ਯਾਦਾਂ ਇੰਨੀਆਂ ਨਹੀਂ ਹੋਣੀਆਂ ਤੁਹਾਡੇ ਜ਼ਿਹਨ ਤੇ ਨਹੀਂ ਨਹੀਂ ਇਹਨਾਂ ਸਾਨੂੰ ਪਤਾ ਕਿ 40 ਕਮਾਨ ਸਾਡਾ ਰਕਬਾ ਸੀ ਅੰਬਾਂ ਵਾਲੀ ਢਾਬ ਸੀ ਇੱਕ ਅਜੇ ਤੱਕ ਵੀ ਸਾਨੂੰ ਨਹੀਂ ਮੁਯੱਸਰ ਹੋਈ ਮਿਲੀ ਨੀ ਸਾਨੂੰ ਕਿਉਂਕਿ ਬਾਕੀ ਜਿਹੜੇ ਸਨ ਮੇਰੇ ਤਾਏ ਚਾਚੇ ਉਹ ਇਹ ਨਹੀਂ ਸੀ ਕਰ ਸਕੇ ਕਿ ਮਤਲਬ ਕਿ ਤੇਰੇ ਨਾਲ ਤੁਰਦੇ ਹਾਂ ਅੱਛਾ ਪਤਾ ਕਰ ਲਿਆ ਸੀ ਉਹ ਚੀਫ ਸੈਕਟਰਮੈਨ ਦੇ ਦਫ਼ਤਰੋਂ ਲੱਭ ਸਕਦੀ ਸੀ ਲੇਕਿਨ ਉਹਨਾਂ ਮੇਰਾ ਸਾਥ ਨਹੀਂ ਦਿੱਤਾ ਤੇ ਮੈਂ ਫਿਰ ਇਕੱਲਾ ਨਹੀਂ ਸੀ ਭੱਜ ਸਕਦਾ ਜਿੱਥੇ ਤੁਹਾਡਾ ਜਨਮ ਹੋਇਆ ਜਿੱਥੇ ਤੁਸੀਂ ਜੰਮੇ ਜਿਹੜੇ ਪਿੰਡ 'ਚ ਕੀੜੀ ਪਠਾਨਾ ਦੀ ਹਾਂਜੀ ਇਹ ਜਿਹੜਾ ਪਿੰਡ ਸੀ ਇਹ ਪਿੰਡ ਦੇ ਵਿੱਚ ਆਬਾਦੀ ਕਿੰਨੀ ਕੁ ਸੀ ਬਹੁਤ ਜ਼ਿਆਦਾ ਆਬਾਦੀ ਸੀ ਉਸ ਵੇਲੇ ਗਿਣੀ ਤਾਂ ਜਾ ਸਕਦੀ ਨਹੀਂ ਕਿਉਂਕਿ ਛੋਟਾ ਸਾਂ ਉਸ ਵੇਲੇ ਮੈਨੂੰ ਇੰਨਾ ਪਤਾ ਸਾਡੇ ਵੱਡੇ ਦੱਸਦੇ ਸਨ ਵੀ 18 ਮਸਜਿਦਾਂ ਸਨ ਇੱਥੇ ਅਤੇ 18 ਮਸਜਿਦਾਂ 12 ਨੰਬਰਦਾਰ ਸਨ 18 ਮਸੀਤਾਂ ਅਤੇ 12 ਨੰਬਰਦਾਰ ਐਡਾ ਵੱਡਾ ਪਿੰਡ ਸੀ ਤੁਹਾਨੂੰ ਦੱਸਿਆ ਵੀ ਇੱਕ ਪਾਸੇ ਕੋਈ ਮਰ ਜਾਂਦਾ ਸੀ ਦੂਸਰੇ ਤੀਸਰੇ ਮਹੀਨੇ ਪਤਾ ਲੱਗਦਾ ਸੀ ਅੱਛਾ ਹਾਂਜੀ ਇਹਦੇ ਵਿੱਚ ਕੌਮਾਂ ਕਿਹੜੀਆਂ ਕਿਹੜੀਆਂ ਬਸਤੀਆਂ ਸਨ ਇਹਦੇ 'ਤੇ ਜ਼ਿਆਦਾ ਮਤਲਬ ਪਠਾਨ ਵੱਸਦੇ ਸਨ ਅੱਛਾ ਮੁਗਲ ਮਿਰਜ਼ੇ ਜਿਹਨਾਂ ਦੇ ਕਿੰਨੇ ਸੀ ਹਾਂਜੀ ਯਾਨੀ ਚੁਗੱਤਿਆਂ ਵਾਲੇ ਮੁਗਲ ਜਿਹੜੇ ਸਨ ਉਹ ਸਨ ਅੱਛਾ ਅਤੇ ਜਾਂ ਪਠਾਨ ਸਨ ਹੋਰ ਵੈਸੇ ਸਿੱਖ ਜਿਹੜੇ ਸੀ ਉਹ ਘੱਟ ਸਨ ਸਾਂਸੀ ਹੈਗੇ ਸਨ ਬਥੇਰੇ ਪਿੰਡ ਦੇ ਵਿੱਚ ਗੁਰਦੁਆਰੇ ਹੈ ਸਨ ਮੇਰੇ ਤਾਂ ਬਚਪਨ ਦੇ ਵਿੱਚ ਮੈਨੂੰ ਨਹੀਂ ਯਾਦ ਹੈਗਾ ਫਿਰ ਹੋਏਗਾ ਕਿ ਨਹੀਂ ਹੋਏਗਾ ਅੱਛਾ ਅਤੇ ਮੰਦਰ ਮੰਦਰ ਦਾ ਵੀ ਨਹੀਂ ਪਤਾ ਕੋਈ ਕਿਸੇ ਦਾ ਕੋਈ ਨਾਂ ਯਾਦ ਜੇ ਥੋੜ੍ਹੇ ਜਿਹੇ ਨਾਂ ਯਾਦ ਹੈ ਫਤਿਹ ਯਾਬ ਖਾਂ ਪਠਾਨ ਹੁੰਦਾ ਸੀ ਅੱਛਾ ਅਤੇ ਯਾ ਮਤਲਬ ਕਿ ਆਪਣਾ ਮਿਰਜ਼ਾ ਦਿਲਦਾਰ ਹੁੰਦਾ ਸੀ ਸਾਡੇ ਕਰੀਬੀ ਸਾਨੂੰ ਅੱਛਾ ਹਾਂਜੀ ਉਹ ਇੱਥੇ ਮੁਲਤਾਨ ਦੇ ਲਾਗੇ ਦੁਨੀਆ ਭੋਰ ਉੱਥੇ ਚਲੇ ਗਿਆ ਅੱਛਾ ਅਤੇ ਫਤਿਹ ਯਾਬ ਖਾਂ ਜਿਹੜਾ ਇੱਥੇ ਮਨ ਵਾਲੇ ਮਤਲਬ ਆ ਗਿਆ ਉੱਥੇ ਜਿਹੜੇ ਕੋਈ ਦੁਕਾਨਦਾਰ ਸਨ ਉਹ ਕੌਣ ਸਨ ਦੁਕਾਨਦਾਰ ਮੁਖਤਲਿਫ ਹੀ ਸਨ ਉਸ ਤਰ੍ਹਾਂ ਮੇਰਾ ਦਾਦਾ ਵੀ ਦੁਕਾਨ ਕਰਦਾ ਸੀ ਅੱਛਾ ਤੇ ਆਪਣਾ ਕੱਪੜੇ ਦੀ ਦੁਕਾਨ ਸੀ ਬਹੁਤ ਬੜਾ ਹੱਟ ਸੀ ਅੱਛਾ ਬਹੁਤ ਬੜਾ ਹੱਟ ਸੀ ਉਹ ਇੱਕ ਦਿਨ ਅਸਰ ਕੁ ਵੇਲੇ ਦਿਨ ਦੇ ਨਾਲ ਉਹ ਮਤਲਬ ਇੱਕ ਰੁਕਾ ਸੁੱਟ ਕੇ ਚਲਾ ਗਿਆ ਕੋਈ ਆਦਮੀ ਕਹਿਣ ਲੱਗੇ ਤੁਹਾਨੂੰ 15 ਦਿਨਾਂ ਨੂੰ ਡਾਕਾ ਪਏਗਾ ਤੇ ਉਹ ਦਾਦਾ ਜਿਹੜਾ ਮੇਰਾ ਹੈ ਅੜਿਆਦਾ ਸੀ ਜਰਾ ਮੈਨੂੰ ਜ਼ਬਾਨ ਜ਼ੇਬ ਤਾਂ ਨਹੀਂ ਦਿੰਦੀ ਬਾਹਰ ਮਤਲਬ ਅੜਿਆਦਾ ਇਸ ਤਰ੍ਹਾਂ ਸੀ ਵੀ ਆਕੜ ਖਾਂ ਸੀ ਬਹੁਤ ਤੇ ਉਹ ਡਾਕਾ ਉਹ ਦਿਨ ਰਾਤ ਨੂੰ ਹੀ ਪੈ ਗਿਆ ਸਾਨੂੰ ਉਹ ਕਹਿ ਕੇ ਗਏ ਰੁਕੇ ਦੇ ਤੇ 15 ਦਿਨ ਨੂੰ ਪੈਣਾ ਤੇ ਪੈ ਗਿਆ ਉਸ ਦਿਨ ਰਾਤ ਨੂੰ ਹੀ ਤੇ ਖੂੰਡਾ ਆਪਣਾ ਪੱਗ ਬੰਨਦੇ ਸਨ 18 ਗਜ ਦੀ ਮੇਰਾ ਦਾਦਾ ਜਿਹੜਾ ਸੀ ਸੂੜੀ ਜਿਹਾ ਰੰਗ ਦੇ ਕੇ ਤੇ ਉਹਨੂੰ 18 ਗਜ ਦੀ ਪੱਗ ਬੰਨਣੀ ਉਹਦੇ ਸਿਰ ਤੇ ਖੂੰਡ ਹੱਥ 'ਚ ਰੱਖਣਾ ਤੇ ਕੋਠੇ ਦੇ ਉੱਤੇ ਤੁਰੇ ਫਿਰਨ ਤੇ ਆਖਣ ਉਹ ਭੈਣ ਚੋਦ ਦੇਖ ਮੁੱਕ ਗਈ ਕਰੋੜੀ ਤੇ ਨਹੀਂ ਮੁੱਕ ਗਈ ਬਹੁਤ ਮਾਲ ਮੇਰੇ ਕੋਲ ਜੇ ਵੀ ਅੱਛਾ ਹਾਂਜੀ ਤੁਸੀਂ ਇੱਕ ਦੱਸ ਰਿਹਾ ਸੀ ਕਿ ਸਾਡੇ ਕੋਲ ਉੱਥੇ ਨੇੜੇ ਇੱਕ ਦੁਕਾਨਦਾਰ ਹੈ ਸੀ ਹਾਂਜੀ ਇੱਕ ਹਿੰਦੂ ਸੀ ਕੀ ਨਾਂ ਸੀ ਉਹਦਾ ਕਾਸ਼ੀਰਾਮ ਹਾਂਜੀ ਇੱਥੇ ਬਾਗੜੀਆਂ ਸੀ ਅੱਛਾ ਉਹ ਬਾਗੜੀਆਂ ਸੀ ਹਾਂਜੀ ਇੱਥੇ ਨਹੀਂ ਸੀ ਇੱਥੇ ਨਹੀਂ ਸੀ ਇੱਥੇ ਜਿਹੜੇ ਮਤਲਬ ਜਿਹੜੀ ਕੀੜੀ ਪਠਾਨਾ ਦੀ ਇੱਥੇ ਜਿਹੜੇ ਕੋਈ ਹਿੰਦੂ ਜਾਂ ਸਿੱਖ ਹੈ ਸਨ ਤੁਹਾਨੂੰ ਉਹਨਾਂ ਦੇ ਨਾਂ ਨੂੰ ਯਾਦ ਤੇ ਸਕੂਲ ਤੁਸੀਂ ਕਿੱਥੇ ਪੜ੍ਹਦੇ ਰਹੇ ਹੋ ਸਕੂਲ ਭੈਣੀ ਪਿੰਡ ਹੁੰਦਾ ਸੀ ਲਾਗੇ ਅੱਛਾ ਭੈਣੀ ਉੱਥੇ ਜਾਈਦਾ ਸੀਗਾ ਮਾਸ਼ਾਅੱਲਾ ਬੜਾ ਅੱਛਾ ਸਕੂਲ ਸੀ ਬੜਾ ਅੱਛਾ ਕਿਹੜਾ ਸੀ ਹਾਈ ਸਕੂਲ ਸੀ ਜਾਂ ਪ੍ਰਾਇਮਰੀ ਸੀ ਪ੍ਰਾਇਮਰੀ ਸਕੂਲ ਹੀ ਸੀ ਅੱਛਾ ਬੱਚੇ ਛੋਟੇ ਹੀ ਪੜ੍ਹਦੇ ਸਨ ਅੱਛਾ ਊੜਾ ਆੜਾ ਸੱਸਾ ਗਗਾ ਨਾਨਾ ਫੱਫਾ ਥੱਥਾ ਯਾਨੀ 33 ਲਫ਼ਜ਼ ਮਤਲਬ ਸਾਡੇ ਉਹ ਆਉਂਦੇ ਸਨ ਗੁਰਮੁਖੀ ਦੇ ਗੁਰਮੁਖੀ ਦੇ ਅੱਛਾ ਉਹ ਤੁਸੀਂ ਉਦੋਂ ਪੜ੍ਹੇ ਨੇ ਕਿੰਨੀਆਂ ਜਮਾਤਾਂ ਪੜ੍ਹੀਆਂ ਉੱਥੇ ਮੈਂ ਉੱਥੇ ਦੋ ਪੜ੍ਹੀਆਂ ਦੋ ਜਮਾਤਾਂ ਪੜ੍ਹੀਆਂ ਦੋ ਪੜ੍ਹੀਆਂ ਅਤੇ ਉਸ ਤੋਂ ਬਾਅਦ ਫਿਰ ਇੱਧਰ ਆ ਗਏ ਪਾਕਿਸਤਾਨ ਦੇ ਵਿੱਚ ਇੱਧਰ ਆ ਕੇ ਤਾਂ ਮੇਰੀ ਵਾਲਦਾ ਫੌਤ ਹੋ ਗਈ ਅਤੇ ਉਸ ਤੋਂ ਬਾਅਦ ਮਤਲਬ ਚੰਦ ਇੱਕ ਦਿਨ ਮੈਂ ਬਤਾਬੇ ਸਕੂਲੇ ਗਿਆ ਅੱਛਾ ਅਤੇ ਉਸ ਤੋਂ ਬਾਅਦ ਮੈਂ ਮੁੜ ਕੇ ਗਿਆ ਨਹੀਂ ਤੁਹਾਡੀ 3-4 ਸਾਲ ਉਮਰ ਸੀ ਅਤੇ ਤੁਸੀਂ ਆ ਗਏ ਬਾਗੜੀਆਂ ਹਾਂਜੀ ਬਾਗੜੀਆਂ ਆ ਗਏ ਜੀ ਜੀ
ते बागड़ियां आ के जो ती इत्थे आबाद होए हो ये बागड़ियां पिंड जिहड़ा सी इत्थे किहड़ियां किहड़ियां कौमां सन इत्थे गुजर सन ज्यादा अच्छा गुजर ज्यादा सन ते हिंदू जिहड़े सी ओह घट सन मुसलमान गुजर हां मुसलमान गुजर अच्छा जी ते हिंदू सन हिंदू सन ते सिख है सन सिख हैगे सन थोड़े सन अच्छा ओए गुजर जिहड़े सन पोस्त बीजदे सन अपनी पैलियां दे विच अच्छा ते उन्हां कहिंदे सारे पोस्त ही कहिंदे सी उन्हां नूं ठीक है बहुत प्यारे फुल लगदे ने एडे एडे फुल लगदे ने ते अपना काशनी जे रंग दे ते और सारे लोकी पींदे सन उत्थे अच्छा हां जी तकरीबन सारे पींदे सन पोस्त हां जी एडे एडे वड्डे डोडे लगणे ते ओह जनाब मतलब उन भन के ते पोस्त उहदे चो कढ के खशकास हाँ जी ओ वखरी कर लेनी ते पोस्त भन के ते प्याले दे विच इस तरह करके ते तकरीबन सारे पींदे सन उस पिंड दे मतलब डसके मतलब बैठे ने गुजर पोस्ती जेड़े सन अच्छा जिन्हां दी आली पोस्ती सी अच्छा माशाल्लाह जिहड़ा अखां दा हस्पताल बनाया उन्हां ने बनाया इत्थे इत्थे हिंदुआं दे घर सन उन्हां दे कोई नां याद जे बागड़ियां च बस एक लड़का सी लच्छू लच्छू उन्हूं कहिंदे सी ते बाकी नां नहीं याद लच्छू तुहाडे नाल पढ़दा सी पढ़दा सी स्कूले बीजी अच्छा 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 ते लच्छू दे अबू दा की नां सी कूका कहिंदे सी उन्हूं अच्छा कूका अच्छा बाबा कूका कहिंदे सी असीं ओ पैली दे विच छोले पुट ले अच्छा यानी छोरिया कहिंदे जिहनूं हां जी ते उहनें सानूं सजा इह दित्ती उहनें कहा कि मतलब सूरज थोड़ा जिहा नीचे चला गया सी ते उहने आख्या अखां खोल के ते पैरां भार बह गए सूरज वल वेखो अच्छा ते ओह मैं असीं उत्थे बैठे रहे ओह फिर माई कौड़ी जिहड़ी हुंदी सी सिखरी ओह आंदी तेरे मर जाण तेरा कख ना रहे बाल मारने आ के उहने फिर मतलब है कि सानूं चढ़ाया उत्थों अच्छा 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 हां जी ते इह जिहड़ी नां लै रहे माई कौड़ी जिहनूं आखदे पए ओ इह इहनां दे घर वाले दा की नां सी इहनां दे घर वाले दा मैनूं नाम नहीं याद ਮਾਈ ਕੌੜੀ ਦੇ ਬਾਲ ਹੈ ਸਨ ਹਾਂਜੀ ਬਾਲ ਮਾਸ਼ਾਅੱਲਾ ਹੈਗੇ ਸਨ ਉਹ ਵੀ ਯਾਦ ਨਹੀਂ ਹੈਗੇ ਅੱਛਾ ਉਹ ਵੀ ਯਾਦ ਨਹੀਂ ਹੈ ਤੇ ਮਾਈ ਕੌੜੀ ਦੇ ਨਾਲ ਕੋਈ ਵਾਕਿਆ ਤੁਹਾਨੂੰ ਯਾਦ ਹੋਵੇ ਤਾਂ ਉਹ ਵੀ ਸਾਨੂੰ ਸੁਣਾਓ ਬਸ ਕੋਈ ਵਾਕਿਆ ਨਹੀਂ ਯਾਦ ਮੈਂ ਇੱਕੋ ਹੀ ਵਾਕਿਆ ਯਾਦ ਆਵੇ ਮਤਲਬ ਸਵੇਰ ਮੇਰੀ ਮਾਂ ਨੇ ਘੱਲਿਆ ਕੋਈ ਚੀਜ਼ ਲੈਣ ਉਹਨਾਂ ਦੇ ਘਰ ਅੱਛਾ ਤੇ ਮੈਂ ਉਹਨਾਂ ਦੀ ਰਾਤ ਦੀ ਨਾ ਗਾਂ ਸੂਈ ਸੀ ਅੱਛਾ ਗਾਂ ਸੂਈ ਸੀ ਤੇ ਉਹਦੇ ਬੱਚੀ ਦਿੱਤੀ ਬੜੀ ਪਿਆਰੀ ਅੱਛਾ ਤੇ ਉਹ ਜਨਾਬ ਮੈਂ ਉਹਦੇ ਨਾਲ ਖੇਡਦਾ ਰਿਹਾ ਮੇਰੀ ਮਾਂ ਲੱਭਦੀ ਗਈ ਉੱਧਰ ਉਹਨੇ ਆਖਿਆ ਮਾਂ ਮੈਂ ਇੱਥੇ ਸ਼ਫੀਕ ਨੂੰ ਭੇਜਿਆ ਸੀ ਉਹਨੇ ਆਖਿਆ ਵੀ ਉਹ ਬੱਚੀ ਦੇ ਨਾਲ ਖੇਡਣ ਡਿਆ ਸੀ ਤੇ ਉਹ ਕਹਿੰਦੇ ਪੁੱਤ ਚੱਲ ਘਰ ਚੱਲੀਏ ਮੈਂ ਕਿਹਾ ਨਹੀਂ ਅਜੇ ਨਹੀਂ ਜਾਣਾ ਮੈਂ ਕਿਹਾ ਮੈਨੂੰ ਆਹ ਬੱਚੀ ਲੈ ਕੇ ਦੇ ਤੇ ਫਿਰ ਜਾਣਾ ਤੇ ਉਹ ਫਿਰ ਕਹਿ ਮਾਂ ਕਹਿਣ ਲੱਗੀ ਵੀ ਪੋਤੇ ਤਾਂ ਅਜੇ ਰਾਤੀ ਸੂਈ ਹੈ ਦੁੱਧ ਪੀਂਦੀ ਹੈ ਮੈਂ ਕਿਹਾ ਮਾਂ ਇਹ ਕਦੋਂ ਵੱਡੀ ਹੋਏਗੀ ਉਹ ਕਹਿੰਦੀ ਵੀ 15-20 ਦਿਨਾਂ ਤੱਕ ਮਹੀਨੇ ਤੱਕ ਹੋ ਜਾਏਗੀ ਵੱਡੀ ਤੇ ਮੈਂ ਕਿਹਾ ਮੈਨੂੰ ਸੌਦਾ ਅੱਜ ਦੇ ਦੇ ਵੀ ਪੈਸੇ ਅੱਜ ਲੈ ਲਾ ਤੇ ਆਪਣਾ ਕਿੰਨੇ ਕੁ ਪੈਸੇ ਦੇਣਾ ਮੇਰੀ ਜੇਬ ਦੇ ਵਿੱਚ ਧੇਲੀ ਸੀ ਮੈਂ ਕਿਹਾ ਮਾਂ ਆ ਹੀ ਮੇਰੇ ਕੋਲ ਉਹਨੇ ਆਖਿਆ ਠੀਕ ਹੈ ਪੁੱਤਰ ਤੇਰਾ ਸੌਦਾ ਹੋ ਗਿਆ ਇਹਨੂੰ ਵੱਡੀ ਹੋ ਲੈਣ ਦੇ ਤੇ ਮੈਂ ਤੈਨੂੰ ਬੱਚੀ ਦੇ ਦਿਆਂਗੀ ਅੱਛਾ ਉਹਨਾਂ ਨੇ ਪਿਆਰ ਦੇ ਵਿੱਚ ਹੀ ਤੁਹਾਨੂੰ ਯਾਨੀ ਕਿ ਕਿਹਾ ਤੇਰਾ ਧੇਲੀ ਲੈ ਲਈ ਸੌਦਾ ਹੋ ਗਿਆ ਸੌਦਾ ਹੋ ਗਿਆ ਵਾਹ ਜੀ ਵਾਹ ਯਾਨੀ ਕਿ ਪਿਆਰ ਹੈ ਪਿਆਰ ਸੀ ਪਿਆਰ ਬੜਾ ਸੀ ਬੜਾ ਪਿਆਰ ਸੀ ਬੜਾ ਹੀ ਪਿਆਰ ਸੀ ਅਖੀਰ ਸੀ ਪਿਆਰ ਇੱਕ ਦੂਸਰੇ ਨਾਲ ਬੜਾ ਪਿਆਰ ਕਰਦੇ ਮੇਰੇ ਮਾਸੀ ਮਤਲਬ ਸਾਡੇ ਉੱਥੇ ਗਈ ਪਿੰਡ ਜਲਾਲਪੁਰ ਤੋਂ ਤੇ ਅਸਰਕ ਵੇਲਾ ਦਿਨ ਸਾਹ ਸੀ ਤੇ ਮੇਰੀ ਮਾਂ ਕਹਿੰਦੀ ਵੀ ਜਾ ਕੇ ਪੋਤਾ ਧੇਲੇ ਦੀ ਖੰਡ ਲੈ ਕੇ ਆ ਕਾਂਸ਼ੀ ਰਾਮ ਦੀ ਦੁਕਾਨ ਤੋਂ ਮੈਂ ਮਤਲਬ ਖੰਡ ਲੈਣ ਚਲਾ ਗਿਆ ਤੇ ਮੈਨੂੰ ਕਹਿੰਦਾ ਕਾਂਸ਼ੀ ਰਾਮ ਮੈਂ ਕਿਹਾ ਸ਼ਾਹ ਜੀ ਮੈਂ ਕਿਹਾ ਖੰਡ ਦਿਓ ਮੈਂ ਕਿਹਾ ਤੇ ਉਹਨੇ ਆਖਿਆ ਪੁੱਤ ਪੋਣਾ ਲਿਆਂਦਾ ਵਾ ਮੈਂ ਕਿਹਾ ਨਹੀਂ ਸ਼ਾਹ ਜੀ ਨਹੀਂ ਲਿਆਂਦਾ ਉਹਨੇ ਆਖਿਆ ਤੋਬਾ ਤੋਬਾ ਕਰ ਤੋਬਾ ਤੋਬਾ ਕਰ ਉਹ ਕੱਲ ਯੁੱਗ ਆਜੂਗਾ ਕੱਲ ਯੁੱਗ ਆਜੂਗਾ ਪੁੱਤ ਮੈਂ ਕਾਗਜ਼ ਵਿੱਚ ਨਾ ਖੰਡ ਪਾ ਕੇ ਦੇਣੀ ਹੈ ਨਾ ਲੂਣ ਪਾ ਕੇ ਦੇਣਾ ਜਾਂ ਭੱਜ ਕੇ ਪੋਣਾ ਲੈ ਕੇ ਆ ਉਹ ਫਿਰ ਅਸੀਂ ਪੋਣਾ ਲੈ ਕੇ ਮੈਂ ਗਿਆ ਉਹਦੇ ਵਿੱਚੋਂ ਮਾਸੀ ਨੂੰ ਮਤਲਬ ਪ੍ਰਿਆ ਕਰਕੇ ਮਤਲਬ ਚਾਵਲ ਵੀ ਖੁਆਏ ਉਹਨੂੰ ਸ਼ਰਬਤ ਵੀ ਕਰਕੇ ਦਿੱਤਾ ਅਸੀਂ ਵੀ ਪੀਤਾ ਇੱਕ ਧੇਲੇ ਦੀ ਖੰਡ ਸੀ ਤੇ ਮੇਲ ਵਰਤਨ ਹੈ ਸੀ ਇੱਕ ਦੂਜੇ ਦੇ ਵਿਆਹ ਸ਼ਾਦੀ 'ਚ ਜਾਂਦੇ ਸੀ ਹਾਂ ਜਾਂਦੇ ਸੀ ਨਿਉਂਦਰਾ ਭਾਜੀ ਹਰ ਸ਼ੈ ਹੁੰਦੀ ਸੀ ਹਾਂਜੀ ਬੜਾ ਪਿਆਰ ਕਰਦੇ ਸਨ ਸਿੱਖਣੀਆਂ ਸਾਡੇ ਉੱਥੇ ਇੱਕ ਦੁਰਗੋ ਸਿੱਖਣੀ ਸੀ ਦੁਰਗੋ ਸਿੱਖਣੀ ਸੀ ਉਹ ਸਾਂਗ ਇੱਕ ਬਣੀ ਮੈਂ ਉਹ ਤੋਂ ਡਰ ਗਿਆ
मैं उन्हें वाल खिलारे हुए थे हाथ में मतलब पाथी फड़ी उहदे उत्ते अग रखी हुई धुआं कीता साधु जी बनी सी। अच्छा। मैं कुकड़ा वाले खुडे च वड़ गया। अच्छा। कुकड़ा वाले खुडे च वड़ गया तो मतलब मैं क्या भी एक गम शाम हो जाए बाहर निकला। कोई याद है विआह शादी जिंदे च गए होवो? सड़वाला बनया सी एक विआह दा। अच्छा। सिखां दे विआह दा? नहीं गुजरां दे विआह दा। अच्छा गुजरां दे विआह। गुजरां दे विआह दा। अच्छा। ते उन्हें मुड़ के मैनू ओदी गोद दे विच वी इन्हां बिठाता ते एक रुपया दिता। अच्छा। ते ओ ਉਹ ਜਿਹੜੇ ਵਿਛਾਇਆ ਸੀ ਨਾ ਸਮਾਨ ਸਮੂਨ ਸਾਰਾ ਉਹਦੇ ਵਿੱਚ ਇੱਕ ਸੁਰਮੇ ਦਾਣੀ ਸੀ ਉਹ ਪੱਤੇ ਐਂ ਕਰਕੇ ਹਿਲਦੇ ਸਨ ਸਸਰਾ ਕਰਕੇ। ਅੱਛਾ। ਮੈਂ ਕਿਹਾ ਰੁਪਈਆ ਲੈ ਲਾ ਤੇ ਉਹ ਮੈਨੂੰ ਦੇ ਦੇ ਮੈਂ ਕਿਹਾ ਸੁਰਮੇ ਦਾਣੀ ਜਿਹੜੀ। ਅੱਛਾ। ਤੇ ਉਹ ਕਹਿਣ ਲੱਗੀ ਵੇ ਤੂੰ ਰੁਪਈਆ ਵੀ ਰੱਖ ਤੇ ਵੀ ਲੈ ਜਾ। ਅੱਛਾ। ਹਾਂਜੀ। ਪਿੰਡ ਦੇ ਵਿੱਚ ਇੱਥੇ ਜੀ ਮਸੀਤਾਂ ਕਿੰਨੀਆਂ ਸਨ? ਇਹ ਸਾਡੇ ਬਾਗੜੀਆਂ ਦੇ ਵਿੱਚ ਬਾਗੜੀਆਂ 'ਚ ਦੋ ਮਸੀਤਾਂ ਸਿਰਫ। ਅੱਛਾ। ਹਾਂਜੀ। ਮੰਦਰ ਇੱਕ ਚਾਰ ਚੜ੍ਹਦੇ ਪਾਸੇ ਇੱਕ ਨਹੀਂ ਮੰਦਰ ਕੋਈ ਸੀ ਇੱਥੇ ਮੰਦਰ ਕੋਈ ਨਹੀਂ ਸੀ। ਅੱਛਾ। ਹਾਂਜੀ। ਤੇ ਮਸੀਤ ਇੱਕ ਚੜ੍ਹਦੇ ਪਾਸੇ? ਹਾਂਜੀ ਇੱਕ ਲੈਂਦੇ ਪਾਸੇ। ਅੱਛਾ। ਵੱਡੀਆਂ ਮਸੀਤਾਂ ਬਣੀਆਂ ਸਨ? ਆਮ ਜੀ ਪੂਰੀਆਂ ਜੀ ਮਸਜਾਂ ਸਨ। ਪੱਕੀਆਂ ਸਨ ਜਾਂ ਨਹੀਂ ਕੱਚੀਆਂ ਸਨ? ਕੱਚੀਆਂ। ਅੱਛਾ। ਤੇ ਇਹ ਦੱਸੋ ਕਿ ਪਿੰਡ 'ਚ ਗੁਰਦੁਆਰਾ ਹੈ ਸੀ? ਨਹੀਂ ਗੁਰਦੁਆਰਾ ਨਹੀਂ ਸੀ ਉੱਥੇ। ਇਹਦਾ ਮਤਲਬ ਇਹ ਵੇ ਕਿ ਆਬਾਦੀ ਸਿੱਖਾਂ ਦੀ ਅਤੇ ਹਿੰਦੂਆਂ ਦੀ ਪਿੰਡ 'ਚ ਘੱਟ ਸੀ। ਘੱਟ ਸੀ। ਠੀਕ ਹੈ। ਇਹਨਾਂ ਨੇ ਉਹਨਾਂ ਨੇ ਮੁਰਦਾ ਮਤਲਬ ਸਾੜਿਆ। ਕਿਹਨਾਂ ਨੇ? ਸਿੱਖਾਂ ਨੇ। ਸਿੱਖਾਂ ਨੇ ਮੁਰਦਾ ਸਾੜਿਆ। ਅਸੀਂ ਦੋ ਤਿੰਨਾਂ ਮੁੰਡਿਆਂ ਨੇ ਮਤਲਬ ਲੱਛੂ ਅਤੇ ਇੱਕ ਮਤਲਬ ਗੁਜਰਾਂ ਦਾ ਮੁੰਡਾ ਸੀਗਾ ਅਤੇ ਇਸ ਤਰ੍ਹਾਂ ਕਰਕੇ ਦੋ ਕੁ ਹੋਰ ਰਲ ਗਏ ਦੋ ਤਿੰਨ ਮੁੰਡੇ। ਅਸੀਂ ਆਖਿਆ ਇਹਦੇ ਵਿੱਚੋਂ ਮੜੀ ਦੇ ਵਿੱਚ ਨਾ ਮੋਛੇ ਲਿਆਈਏ ਚੁੱਕ ਕੇ। ਅੱਛਾ। ਜਾਣੀ ਬਾਲਣ ਚੁੱਕ ਕੇ ਲਿਆਈ ਛਲੀਆਂ ਭੁੰਨਾਂਗੇ। ਅੱਛਾ। ਉਹਨਾਂ ਨੇ ਜਨਾਬ ਸਾਨੂੰ ਬੰਨ ਲਿਆ। ਉਹ ਵੇਖਦੇ ਸਨ ਕਿਤੇ ਉੱਥੇ ਉਹਨਾਂ ਨੇ ਸਾਨੂੰ ਬੰਨ ਲਿਆ। ਫਿਰ ਮੁੜ ਕੇ ਜਨਾਬ ਮਤਲਬ ਪਿੰਡ ਵਾਲੇ ਨੇ ਉਹਨਾਂ ਨੇ ਆਖਿਆ ਬਾਲ ਹੈਗੇ ਆ ਬਾਲ ਹੈਗੇ ਨੇ ਅਤੇ ਇਹਨੂੰ ਨਹੀਂ ਪਤਾ ਵੀ ਇਹ ਬਾਲਣ ਨਹੀਂ ਚੁੱਕੀਦਾ। ਸਾਨੂੰ ਉਹਨਾਂ ਫਿਰ ਛੁਡਾਇਆ। ਇੱਕ ਮੈਂ ਤੁਹਾਨੂੰ ਹੋਰ ਦੱਸਾਂ ਨਾ ਭੁੱਲਣ ਵਾਲਾ ਵਾਕਿਆ ਜੀ। ਮੈਨੂੰ ਇੰਨਾ ਕੁ ਪਤਾ ਵਾ ਵੀ ਮਤਲਬ ਮੈਂ ਅਸੀਂ ਸੁੱਤੇ ਸੀ ਤੇ ਵੇਲਣਾ ਵੇਲਦੇ ਆਪਣਾ ਕਪਾਹ ਵੇਲਣ ਡਏ ਸਨ। ਕੌਣ? ਦਾਦੀ ਮੇਰੀ। ਅੱਛਾ। ਤੇ ਉਹ ਨਾ ਮੇਰੀ ਮਾਂ ਨੂੰ ਕਹਿੰਦੀ ਹੈ ਉਹਦਾ ਨਾਂ ਲਾ ਰੱਖੀ ਸੀ ਮਾਂ ਮੇਰੀ ਦਾ ਉਹਨੂੰ ਕਹਿੰਦੀ ਨਹੀਂ ਮੁਖਤਾਰਾ ਮਤਲਬ ਅੱਜ ਚੇਤਾ ਰੱਖੀ ਅੱਜ 12 ਵਫਾਤ ਹੀ 12 ਵਫਾਤ ਹੀ ਹੁਣ ਆ ਕੇ ਤੇ ਈਦ ਮੁਲਾਦਰ ਨਬੀ ਬਣੀ ਹੈ ਉਦੋਂ 12 ਵਫਾਤ ਹੀ ਕਹਿੰਦੇ ਸੀ। ਅੱਛਾ। ਹਾਂਜੀ। ਤੇ ਉਹ ਮੇਰੀ ਮਾਂ ਨੇ ਕੀਤਾ ਕਨਾਲੀ ਦੇ ਵਿੱਚ ਪਾ ਕੇ ਨਾ ਕਣਕ ਅਤੇ ਉਹਨੂੰ ਚੱਕੀ 'ਤੇ ਪੀਸਣਾ ਸ਼ੁਰੂ ਕਰਤਾ ਅਤੇ ਉਹਨੇ ਜਨਾਬ ਉਹਨੂੰ ਪੀਸਿਆ ਜਲੇ ਪੀਸਿਆ ਤਾਂ ਮਤਲਬ ਮੁੜ ਕੇ ਫਿਰ ਵਿਹੜਾ ਖੁੱਲ੍ਹਾ ਸੀ 18-20 ਤਕਰੀਬਨ ਡੰਗਰ ਸੀ ਸਾਡੇ ਅਤੇ ਉਹ ਕਹਿਣ ਲੱਗੀ ਮੈਂ ਇਹਨੂੰ ਮਤਲਬ ਕਿ ਜ਼ਰਾ ਆਟੇ ਨੂੰ ਗੋ ਕੇ ਰੱਖ ਲਵਾਂ ਅਤੇ ਫਿਰ ਮੈਂ ਬੋਕਰਬਾਰੀ ਦੇਣੀ। ਉਹਨੇ ਉੱਡ ਕੇ ਤਾਂ ਜਰਾ ਕਣਾਕ ਦਾ ਵਿਹੜਾ ਹੋਵੇ ਤਾਂ ਜਨਾਨੀ ਤਾਂ ਵੈਸੇ ਪਸੀਨੋ ਪਸੀਨੀ ਹੋ ਜਾਂਦੀ ਹੈ। ਬਾਰਾਂ ਉਹ ਹੁਣ ਸਾਫ਼ ਸੂਫ ਕਰਕੇ ਨਾ ਵਿਹੜੇ ਨੂੰ ਅਤੇ ਉਹਨੇ ਫਿਰ ਰੋਟੀਆਂ ਪਕਾਉਣੀਆਂ ਸ਼ੁਰੂ ਕੀਤੀਆਂ। ਮੈਨੂੰ ਲਾੜਨਾ ਕਹਿੰਦੀ ਬੇਟਾ ਪੁਣੀਏ ਆ ਇੱਥੇ ਲਾਗੇ ਹੀ ਆ ਦਰਿਆ ਦੇ ਨਾਲ ਹੀ ਉਹ ਰੋਟੀ ਦੇ ਆ ਅਤੇ ਮੈਂ ਕਿਹਾ ਅੱਛਾ। ਉਹ ਮੇਰਾ ਫੁੱਫਾ ਸੀ ਉੱਥੇ ਮੈਂ ਆਪਣਾ ਹੋਰ ਵੀ ਸਾਡੇ ਰਿਸ਼ਤੇਦਾਰ ਸੀ ਰਹਿਮਤ ਅਲੀ ਬਰਕਤ ਅਲੀ ਉਹਨਾਂ ਦਾ ਨਾਮ ਸੀ ਅਤੇ ਉਹ ਕਹਿੰਦੇ ਨੇ ਵੀ ਲਾ ਵੀ ਸ਼ਫੀਕ ਆ ਜਾਂਦਾ ਰੋਟੀ ਲੈ ਕੇ। ਉੱਥੇ ਮੈਂ ਦੇਖਿਆ ਤਾਂ ਮਤਲਬ ਸੱਪ ਮਤਲਬ ਐਡੇ ਐਡੇ ਲੰਮੇ ਸੱਪ ਨਿਕਲਿਆ ਕਿੰਨੇ ਵਾਹਣ ਦੇ ਵਿੱਚ ਅਤੇ ਉਹ ਆਉਂਦੇ ਨੇ ਵੀ ਹੋਏ ਹੁਣ ਹਾਲੀ ਦਿਸਿਆ ਸੀ ਅਤੇ ਉਹ ਕਿੱਧਰ ਨੂੰ ਗਾਇਬ ਹੋ ਗਿਆ ਰੋਟੀ ਲੈ ਕੇ ਆਉਣ ਡਿਆ ਸੀ ਉਹ ਸੱਪ ਮੈਂ ਉੱਥੇ ਬਹਿ ਗਿਆ ਸੱਪਾਂ ਦੇ ਵਿੱਚ ਉਹ ਕਿੰਨੇ ਸਾਰੇ ਮੇਰੇ ਦੁਆਲੇ ਹੋ ਗਏ। ਅੱਛਾ। ਕਿੰਨੇ ਸਾਰੇ ਦੁਆਲੇ ਹੋਏ ਮੈਂ ਉਹਨਾਂ ਨੂੰ ਮਤਲਬ ਰੋਟੀ ਦੀ ਬੁਰਕੀ ਤੋੜ ਤੋੜ ਕੇ ਖਵਾਵਾਂ ਤੋਂ ਖਾਈ ਜਾਣ ਮੁੜ ਕੇ ਮੈਂ ਲੱਸੀ ਮਤਲਬ ਉਹਨਾਂ ਨੂੰ ਜਿਹੜੀ ਸੀ ਕਮੰਡਲੀ ਦੇ ਵਿੱਚ ਪਾਈ ਉਹਨਾਂ ਨੂੰ ਮਤਲਬ ਅੱਗੇ ਕੀਤੀ ਉਹ ਵੀ ਉਹਨਾਂ ਨੇ ਪੀਤੀ। ਅੱਛਾ। ਅਤੇ ਉਹ ਆਪਣਾ ਭਾ ਕਹਿੰਦੇ ਸੀ ਉਹਨੂੰ ਭਾ ਰਹਿਮਤ ਲਈ ਕਹਿੰਦਾ ਵਾ ਵੀ ਯਾਰ ਸ਼ਫੀਕ ਪਤਾ ਕਿੱਧਰ ਚਲਾ ਗਿਆ ਉਹ ਯਾਰ ਕਿਤੇ ਦਰਿਆ ਨੂੰ ਨਾ ਹੋ ਗਿਆ ਹੋਵੇ ਅਤੇ ਉਹ ਉਹਨਾਂ ਵੇਖਿਆ ਤਾਂ ਉਹਨੇ ਆਖਿਆ ਉਹ ਤਾਂ ਉਹ ਵਾਹਣ 'ਚ ਬੈਠਾ ਅਜੇ ਮੈਂ ਉਹਨਾਂ ਵੇਖਿਆ ਤਾਂ ਕਿੰਨੇ ਹੀ ਕਹਿੰਦੇ ਸੱਪ ਮਤਲਬ ਦੁਆਲੇ ਦੁਆਲੇ ਬੈਠੇ। ਉਸ ਤੋਂ ਬਾਅਦ ਕੀ ਹੋਇਆ
ਅਤੇ ਉਹ ਕਹਿਣ ਲੱਗੇ ਵੀ ਸੱਪਾਂ ਨੂੰ ਕਿਉਂ ਕੁਛ ਨਾ, ਉਹ ਪਿਆਰ ਕਰਦੇ ਨੇ ਉਹਦੇ ਨਾਲ, ਅਤੇ ਉਹ ਮਤਲਬ ਇਸ ਤਰ੍ਹਾਂ ਉਹ ਲੱਗ ਗਿਆ ਖਲੋਤੇ ਨਾ, ਕੋਈ ਇੱਧਰ ਨੂੰ ਚਲਾ ਗਿਆ, ਕੋਈ ਇੱਧਰ ਨੂੰ ਚਲਾ ਗਿਆ। ਅੱਛਾ, ਆਪੇ ਗਏ, ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ? ਅੱਛਾ, ਨਾ ਉਹਨਾਂ ਨੂੰ ਕੁਛ ਆਖਿਆ, ਨਾ ਉਹਨੇ ਸੱਪਾਂ ਨੇ ਉਹਨਾਂ ਨੂੰ ਕੁਛ ਆਖਿਆ। ਅੱਛਾ, ਮੈਨੂੰ ਇਹ ਦੱਸੋ ਕਿ ਜਿਹੜਾ ਇਹ ਆਪਣਾ ਇਲਾਕਾ ਸੀ ਜੀ, ਇਹ ਕਿਵੇਂ ਦਾ ਇਲਾਕਾ ਸੀ? ਬੜਾ ਪਿਆਰਾ ਇਲਾਕਾ ਸੀ, ਬਹੁਤ ਹੀ ਪਿਆਰਾ ਇਲਾਕਾ ਸੀ। ਅਸੀਂ ਅਲਹਮਦੁਲਿਲਾ ਮਾਂ ਬੜੇ ਹੁੰਦੇ ਸਾਂ ਉੱਥੇ, ਮਾਂ ਅਤੇ ਛਲੀਆਂ ਇਹ ਬੇਸ਼ੁਮਾਰ ਹੁੰਦੀਆਂ ਸਨ ਮਕਈ। ਅੱਛਾ, ਅਤੇ ਇੱਥੇ ਲੋਕ ਭੰਨਦੇ ਨੇ ਟਾਂਡੇ ਦੇ ਨਾਲ ਮਕਈ, ਅਸੀਂ ਥੱਲਿਓਂ ਵੱਢਦੇ ਸੀ ਇੰਝ ਕਰਕੇ, ਅਤੇ ਫਿਰ ਇਹਨਾਂ ਦੇ ਮਨਾਰੇ ਲਾਉਣੇ ਅਤੇ ਉਹ ਜਨਾਬ ਕਰਨਾ ਦੁਆਲੇ ਇਸ ਤਰ੍ਹਾਂ ਕਰਕੇ ਬੇੜ ਲਪੇਟ ਦੇਣੇ। ਬੇੜ ਸਮਝਦੇ ਜੇ ਨਹੀਂ, ਆ ਬੇੜ ਜਿਨ੍ਹਾਂ ਦੇ ਵਿੱਚ ਕਣਕ ਬੰਨੀ ਦੀ ਹੈ। ਅੱਛਾ, ਹਾਂਜੀ, ਰੱਸੇ ਜਿਹੇ ਹੁੰਦੇ, ਹਾਂਜੀ, ਖੱਬੜ ਜਿਹਨੂੰ ਕਹਿੰਦੇ, ਖੱਬੜ ਜਿਹਨੂੰ ਕਹਿੰਦੇ, ਹਾਂਜੀ, ਸਾਡੀ ਜ਼ਬਾਨ 'ਚ ਬੇੜ ਕਹਿੰਦੇ ਸੀ। ਅੱਛਾ, ਅਤੇ ਉਹ ਬੰਨਣੇ ਮੁੜ ਕੇ, ਫਿਰ ਜਦੋਂ ਸਿਆਲ ਹੋਣਾ ਅਤੇ ਫਿਰ ਜਨਾਬ ਸੂਆ ਹੱਥ 'ਚ ਫੜ ਲੈਣਾ ਇਸ ਤਰ੍ਹਾਂ ਕਰਕੇ, ਅਤੇ ਉਹਨੂੰ ਐਂ ਕਰਕੇ ਚੀਰਨਾ, ਅਤੇ ਇਸ ਤਰ੍ਹਾਂ ਵਿੱਚੋਂ ਛੱਲੀ ਕੱਢਣੀ, ਅਤੇ ਇੱਕ ਇੱਕ ਟਾਂਡੇ ਦੇ ਨਾਲ ਤਿੰਨ ਚਾਰ ਛੱਲੀਆਂ ਹੁੰਦੀਆਂ ਸਨ, ਅਤੇ ਅਸੀਂ ਉਹ ਜਨਾਬ ਫਿਰ ਛੱਲੀਆਂ ਕੁੱਟਣੀਆਂ, ਜਦੋਂ ਸੁੱਕ ਜਾਣੀਆਂ ਤਾਂ ਕੁੱਟਣੀਆਂ, ਅਤੇ ਇੰਨੇ ਮਾਂ ਖਾਈਦੇ ਸਨ, ਮੈਂ ਨਾ ਵੀ ਮਾਂ ਬਹੁਤੇ ਅਤੇ ਰੋਟੀ ਥੋੜ੍ਹੀ, ਸਾਨੂੰ ਬਹੁਤ ਹੀ ਜੱਚਦੇ ਸੀ ਉਹ। ਅੱਛਾ, ਇੱਥੇ ਵੀ ਆ ਕੇ ਮੈਂ ਮਾਂ ਦਾ ਬੜਾ ਸ਼ੌਕੀਨ ਹਾਂ। ਅੱਛਾ, ਲੇਕਿਨ ਮਾਂ ਉਹ ਜਿਹੇ ਨਹੀਂ ਬਣਦੇ। ਅੱਛਾ, ਕੀ ਫਰਕ ਹੈ? ਇਹਨਾਂ ਫਰਕ ਇਹ ਨਹੀਂ ਹੈ ਵੀ ਇੱਕ ਤਾਂ ਕਾਲੇ ਜਿਹੇ ਬਣਦੇ ਨੇ ਇੱਥੇ, ਉਹ ਲਾਲ ਬਣਦੇ ਸਨ। ਅੱਛਾ, ਹਾਂਜੀ, ਅਸੀਂ ਘੱਟ ਤੋਂ ਘੱਟ ਪੰਦਰਾਂ ਵੀਹ ਮਣ ਮਾਂ ਜਿਹੜੇ ਸੀ ਘਰ ਰੱਖੀਦੇ ਸੀ। ਉਹ ਕਿਉਂ? ਉਹ ਇਸ ਵਾਸਤੇ ਕਿ ਤੁਸੀਂ ਚਲੇ ਗਏ ਜੇ, ਹਾਂਜੀ, ਤੁਹਾਨੂੰ ਮਤਲਬ 10 ਸਰ ਮਾਂ ਦਿੱਤੇ ਨੇ ਐਜ ਤੋਹਫਾ। ਅੱਛਾ, ਆਹ ਜਿਹੜਾ ਇਲਾਕਾ ਨਾ, ਇਹਨੂੰ ਕਹਿੰਦੇ ਰਿਆੜਕੀ ਦਾ ਇਲਾਕਾ, ਉਹਨੂੰ ਕਹਿੰਦੇ ਬੇਟ ਦਾ ਇਲਾਕਾ। ਅੱਛਾ, ਬੇਟ ਦੇ ਮਾਂ ਕਹਿੰਦੇ ਬੜੇ ਚੰਗੇ ਹੁੰਦੇ, ਉਧਰੋਂ ਫਿਰ ਸਪੈਸ਼ਲ ਲਿਆਉਣੇ, ਲੋਰੀਆਂ ਨੇ ਜਾਣਾ, ਲੋਰੀਏ ਸਵੇਰੇ ਸਾਈਕਲ 'ਤੇ ਬਹਿ ਕੇ ਸ਼ਾਮ ਨੂੰ ਉੱਥੇ ਚਲੇ ਜਾਂਦੇ ਸਨ। ਅੱਛਾ, ਹਾਂਜੀ, ਹਰ ਫਸਲ ਹੁੰਦੀ ਸੀ ਅਤੇ ਆਪਣਾ ਇੱਕ ਤੋਂ ਇੱਕ ਵਾਧੀ ਹੁੰਦੀ ਸੀ। ਬਾਕੀ ਆੜੂ ਜਿਹੜੇ ਆ, ਹਾਂਜੀ, ਇੱਥੇ ਆੜੂ ਮਤਲਬ ਜਿਹੜੇ ਹੁੰਦੇ, ਮਤਲਬ ਸਾਡੇ ਏਡੇ ਏਡੇ ਨਹੀਂ ਸੀ, ਏਡੇ ਏਡੇ ਆੜੂ ਹੁੰਦੇ ਸਨ, ਔਰ ਜਿੱਥੇ ਮਤਲਬ ਆੜੂ ਲੱਗਾ ਇਹਦੇ ਨਾਲ ਗੂੰਦ ਵਗਦੀ ਹੁੰਦੀ ਸੀ। ਅੱਛਾ, ਅਤੇ ਜਦੋਂ ਮਤਲਬ ਸਾਵਣ ਭਾਦਰਨ ਦੇ ਦਿਨ, ਜਿਹਨੂੰ ਜੂਨ ਜੁਲਾਈ ਅਗਸਤ ਕਹਿੰਦੇ, ਹਾਂਜੀ, ਫਿਰ ਲਮਕਣੀ ਠਾਂ ਨੂੰ ਅਸੀਂ ਉਹ ਜਨਾਬ ਉੱਤੋਂ ਲਾ ਕੇ ਇਹਨਾਂ ਦੇ ਖਾਣੀ, ਅਤੇ ਆੜੂ ਨਹੀਂ ਸੀ ਖਾਈਦੇ, ਗੂੰਦ ਖਾਈਦੀ ਸੀ। ਅੱਛਾ, ਇਹ ਦੱਸੋ ਕਿ ਕਿੰਨਾ ਚਿਰ ਪਹਿਲੇ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਮੁਲਕ ਵੰਡਿਆ ਜਾ ਰਿਹਾ, ਪੰਜਾਬ ਦੀ ਵੰਡ ਹੋ ਰਹੀ ਹੈ, ਪਾਕਿਸਤਾਨ ਹਿੰਦੁਸਤਾਨ ਬਣਨ ਦਿਆ ਹੈ, ਇਹ ਤੁਹਾਨੂੰ ਗੱਲ ਦਾ ਕੋਈ ਪਤਾ ਲੱਗ ਗਿਆ ਸੀ? ਕਰਨੀ ਪਿਆ ਕਦੀ ਇਹ ਗੱਲ ਪਈ? ਪਈ ਸੀ। ਕਿਵੇਂ? ਇਸ ਤਰ੍ਹਾਂ ਕਿ ਜਦੋਂ ਜੱਸੇ ਪੈਂਦੇ ਸਨ, ਹਾਂਜੀ, ਉਸ ਵੇਲੇ ਮਤਲਬ ਲੋਕ ਆਉਂਦੇ ਸੀ ਵੀ ਇਹ ਮੁਸਲੇ ਇੱਥੋਂ ਨਿਕਲ ਜਾਣ। ਅੱਛਾ, ਅਤੇ ਜਿਹੜੇ ਜਿੱਥੇ ਮੁਸਲਮਾਨਾਂ ਦਾ ਗੜ੍ਹ ਸੀ ਉੱਥੇ ਤੁਹਾਡੀ ਐਸੀ ਤੈਸੀ, ਮਤਲਬ ਤੁਸੀਂ ਨਿਕਲੋਗੇ, ਅਸੀਂ ਨਹੀਂ ਨਿਕਲਦੇ। ਅੱਛਾ, ਅਤੇ ਉਹ ਤੁਹਾਨੂੰ ਦੱਸੀ ਨਹੀਂ ਗੱਲ ਕਿ ਵੀ ਇੱਕ ਸਿੱਖ ਦੇ ਮੈਂ ਐਡਾ ਕੁ ਡੰਡਾ ਫੜਿਆ, ਸਾਡੇ ਵੱਡੇ ਤਾਂ ਜਪ ਕੜੱਪੀ ਹੋਏ ਸਨ। ਕਿੱਥੇ? ਇਸੇ ਪਿੰਡ ਹੀ, ਬਾਗੜੀਆਂ। ਉਹ ਉਸਲੇ ਮੈਨੂੰ ਹੋਏ ਸੀ, ਉੱਥੇ ਤਾਂ ਹੋਸ਼ ਨਹੀਂ ਸੀ ਐਡੀ। ਅੱਛਾ, ਅਤੇ ਉਹ ਮੈਂ ਸਿੱਖ ਇੱਕ ਮੇਰੇ ਮਗਰ ਦੌੜਿਆ, ਅਤੇ ਉਹ ਕਹਿਣ ਲੱਗਾ ਦੇ, ਇੱਕ ਸਾਖੀ ਸਿੱਖ ਨੇ ਪਿੱਛੋਂ ਆਵਾਜ਼ ਦਿੱਤੀ, ਉਹ ਸਾਲਾ ਨਹੀਂ ਨਹੀਂ ਇੱਕ ਮਿੰਟ ਠਹਿਰੋ, ਇਹ ਜ਼ਰਾ ਮੈਨੂੰ ਵਾਕਿਆ ਦੁਬਾਰਾ ਤੋਂ ਦੱਸੋ ਕਿ ਹੋਇਆ ਕਿਵੇਂ, ਉਹ ਸਿੱਖ ਆਏ ਕਿਵੇਂ? ਉਹ ਆਏ ਸਨ ਇਸ ਵਾਸਤੇ ਵੀ ਇਹਨਾਂ ਨੂੰ ਇੱਥੋਂ ਕੱਢਣਾ। ਅੱਛਾ, ਮੁਸਲਮਾਨਾਂ ਨੂੰ। ਅੱਛਾ, ਮੁਸਲਮਾਨਾਂ ਨੂੰ, ਅਤੇ ਅੱਗੋਂ ਮੁਸਲਮਾਨ ਸਿੱਧੇ ਹੋ ਜਾਂਦੇ ਸਨ, ਉਹਨੇ ਤੁਹਾਡੀ ਐਸੀ ਤੈਸੀ, ਤੁਸੀਂ ਕੌਣ ਦੇ, ਅਸੀਂ ਇੱਥੋਂ ਇੱਥੋਂ ਦੇ ਰਿਹਾਇਸ਼ੀ ਹਾਂ, ਸਾਡਾ ਜ਼ਮੀਨ ਭਾਂਡਾ ਇੱਥੇ ਸਾਰਾ ਕਿੱਸਾ ਘਰ ਨਹੀਂ ਇੱਥੇ, ਅਤੇ ਉਹ ਇੱਥੋਂ ਝਗੜਾ ਹੁੰਦਾ ਸੀ। ਅੱਛਾ, ਅਤੇ ਉਹਨੇ ਡੰਡਾ ਮੈਂ ਮਾਰਿਆ ਉਹਦੇ ਗਿੱਟਿਆਂ ਦੇ ਉੱਤੇ ਚੰਗਾ ਜੋੜ ਕੇ, ਅਤੇ ਸਿੱਖ ਪਿੱਛੋਂ ਇੱਕ ਆਵਾਜ਼ ਦਿੰਦਾ, ਕਹਿੰਦਾ ਦੇ ਤਾਂ ਸਾਲਾ, ਸ਼ਰਮ ਨਹੀਂ ਆਉਂਦੀ ਹੈ ਕਿ ਬਾਲਾਂ ਦੇ ਮਗਰ ਦੌੜਦਾ? ਉਹ ਅੱਗੋਂ ਆਵਾਜ਼ ਦਿੰਦਾ, ਸਾਲਿਆ ਜੋ ਕੁਛ ਮੇਰੇ ਨਾਲ ਕਰਕੇ ਗਿਆ ਨਾ, ਤੇਰੇ ਨਾਲ ਕਰਕੇ ਗਿਆ ਹੁੰਦਾ, ਤੈਨੂੰ ਪਤਾ ਹੁੰਦਾ ਗਿਆ। ਅਤੇ ਉਹ ਇਸ ਤਰ੍ਹਾਂ ਦੇ ਵਾਕਿਆ, ਅਤੇ ਫਿਰ ਆਹਿਸਤਾ ਪਤਾ ਲੱਗ ਗਿਆ ਵੀ ਇਹ ਪਾਕਿਸਤਾਨ ਬਣ ਗਿਆ ਵਾ। ਅੱਛਾ, ਇਹ ਜਿਹੜੇ ਜੱਥੇ ਆਉਂਦੇ ਸਨ, ਇਹ ਡਾਂਗ ਸੋਟੇ ਵਾਲੇ ਆਉਂਦੇ ਸਨ? ਡਾਂਗ ਸੋਟੇ ਵਾਲੇ, ਤਲਵਾਰਾਂ ਕਿਰਪਾਨਾਂ ਵਾਲੇ? ਨਾ ਨਾ, ਡਾਂਗ ਸੋਟੇ ਵਾਲੇ। ਅੱਛਾ, ਹਾਂਜੀ, ਤੋ ਡਾਂਗ ਸੋਟੇ ਨਾਲ ਹੀ ਉਹਨਾਂ ਨੂੰ ਭਜਾ ਦੇਣਾ? ਹਾਂਜੀ, ਡਾਂਗ ਸੋਟੇ ਨੇ ਭਜਾਈਦਾ ਸੀ। ਅੱਛਾ, ਅਤੇ ਉਹ ਜਨਾਬ
फिर मतलब जो पता लग गया ना पाकिस्तान बन गया वा वोटिंग हो गई है वोटिंग हो गई है तो पाकिस्तान बन गया फिर सानू चा बड़ा सी चा बड़ा सी असी कुकड़ी माशाला मतलब एड्डी सारी कुकड़ी हलाल की थी माँ मेरी कहती भी रोटी खा लो पुत्र मैं कहना असी पाकिस्तान जाके खानी है अच्छा इधर नहीं खानी बड़ा ही चा सी ये तो अंदाजा नहीं सी है कि ये जड़ा चा है ਇਹ ਅੱਗੇ ਹਾਲਾਤ ਕੀ ਬਣਨੇ ਨੇ ਸਾਡੇ ਨਾਲ ਵਾਪਰਨਾ ਕੀ ਏ ਨਾ ਨਾ ਪਤਾ ਕੋਈ ਅੱਗੇ ਜਾ ਕੇ ਬਣਨਾ ਕੀ ਏ ਤੇ ਫਿਰ ਇਹ ਆਪਣਾ ਦੇਸ਼ ਆਪਣਾ ਮਤਲਬ ਤੁਸੀਂ ਇਹ ਕਿਵੇਂ ਤਿਆਰ ਹੋ ਗਏ ਆਪਣਾ ਦੇਸ਼ ਛੱਡਣ ਨੂੰ ਜਿੱਥੇ ਤੁਹਾਡੀ ਜੰਮਨ ਭੋਏਵੇਂ ਮੈਂ ਉਹਨੂੰ ਛੱਡਣ ਲਈ ਕਿਵੇਂ ਤਿਆਰ ਹੋ ਗਏ ਮੈਂ ਅਰਜ਼ ਕਰਨਾ ਜੀ ਕਿ ਕਾਦੀਆਂ ਆ ਕੇ ਅਸੀਂ ਬੈਠੇ ਕਾਫਲਾ ਬੈਠ ਗਿਆ ਇਹਨੇ ਮਿਰਜ਼ੇ ਅਹਿਮਦ ਨੇ ਮਤਲਬ ਕਿ ਕੀਤਾ ਕਹਿੰਦਾ ਤੇ ਇੱਥੇ ਟਿਕ ਜਾਵੋ ਤੇ ਇਹਨੇ ਵੀ ਇੱਕ ਦੇਣਾ ਸੀ ਉੱਥੇ ਹਜ਼ਾਰਾਂ ਲੱਖਾਂ ਦੀ ਤਾਦਾਦ ਬੰਦੇ ਸਨ ਨਹੀਂ ਕਾਦੀਆਂ ਜਦੋਂ ਤੁਸੀਂ ਪਿੰਡੋਂ ਉੱਠੇ ਹੋ ਹਾਂਜੀ ਆਪਣਾ ਸਮਾਨ ਸਮੂਨ ਲੈ ਕੇ ਨਿਕਲੇ ਸਮਾਨ ਕੁਛ ਲਿਆਂਦਾ ਕੁਛ ਵਿਹੜੇ ਦੇ ਵਿੱਚ ਦੱਬ ਕੇ ਆਏ ਅੱਛਾ ਹਾਂਜੀ ਅਤੇ ਜਿਹੜੇ ਪਿੰਡ ਦੇ ਵਿੱਚ ਘਰ ਹੈ ਸਨ ਹਿੰਦੂਆਂ ਦੇ ਜਾਂ ਸਿੱਖਾਂ ਦੇ ਹਾਂਜੀ ਉਹ ਤੁਹਾਨੂੰ ਵਿਦਿਆ ਕਰਨ ਆਏ ਆਏ ਕਾ ਆਏ ਜਿਹੜੇ ਮੁਹੱਬਤ ਕਰਦੇ ਸਨ ਉਹ ਆਏ ਸਨ ਅੱਛਾ ਹਾਂਜੀ ਉਹ ਤੁਹਾਨੂੰ ਯਾਦ ਹੈ ਉਹ ਕੋਈ ਚਿਹਰੇ ਅੱਖਾਂ ਦੇ ਅੱਗੇ ਹੈ ਨੇ ਕਿ ਜਿਹੜੇ ਉਸ ਟਾਈਮ ਆਏ ਨੇ ਉਹਨਾਂ ਨੇ ਤੁਹਾਨੂੰ ਕਿਵੇਂ ਵਿਦਿਆ ਕੀਤਾ ਕਿਵੇਂ ਦੀ ਹਾਲਤ ਸੀ ਸਾਨੂੰ ਵਿਦਿਆ ਹੋਣਾ ਲਾਗੇ ਇੱਕ ਬਗੋਲਾਂ ਵਾਲੀ ਨਹਿਰ ਸੀ ਸਾਡੇ ਲਾਗੇ ਅੱਛਾ ਬਗੋਲਾਂ ਲੰਘ ਕੇ ਤਾਂ ਅੱਗੇ ਫਿਰ ਜਲਾਲਪੁਰ ਆਉਂਦਾ ਸੀ ਜਲਾਲਪੁਰ ਤੇ ਭੱਠੀਆਂ ਛੀਂ ਭੱਠੀਆਂ ਇੱਕ ਨੀਆਂ ਭੱਠੀਆਂ ਉੱਥੋਂ ਤੱਕ ਸਾਡੇ ਨਾਲ ਆਏ ਉਹਨੇ ਆਖਿਆ ਦੇਖੋ ਤੁਹਾਨੂੰ ਕੋਈ ਦੁੱਖ ਤਕਲੀਫ ਹੋਵੇ ਤੁਹਾਡੇ ਨਾਲ ਅਤੇ ਜਿਹੜੀ ਤੁਸੀਂ ਕਹੋ ਸਮਝਦੇ ਵੀ ਕੀਮਤੀ ਚੀਜ਼ ਛੱਡਾਂ ਉਹ ਸਾਨੂੰ ਦੱਸੋ ਤਾਂ ਲਿਆ ਦਈਏ ਅਤੇ ਉਹਨੇ ਬੜਾ ਸਾਡੇ ਨਾਲ ਕੀਤਾ ਬੜਾ ਕੀਤਾ ਪਿਆਰ ਬੜਾ ਕੀਤਾ ਉਹਨੇ ਅੱਛਾ ਹਾਂਜੀ ਯਾਨੀ ਕਿ ਜਿਹੜੇ ਪਿੰਡ ਵਾਲੇ ਸਨ ਹਾਂਜੀ ਉਹਨਾਂ ਨੇ ਆਪਣੀ ਵਫਾ ਪੂਰੀ ਨਿਭਾਈ ਪੂਰੀ ਨਿਭਾਈ ਪੂਰੀ ਨਿਭਾਈ ਉਹਨਾਂ ਨੇ ਕੋਈ ਖਰਾਬੀ ਨਹੀਂ ਕੀਤੀ ਉਹਨਾਂ ਨੇ ਤੁਹਾਨੂੰ ਮਜਬੂਰ ਨਹੀਂ ਕੀਤਾ ਪਿੰਡ ਛੱਡਣ ਲਈ ਨਾ 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 ਉਹਨਾਂ ਨੇ ਸਾਨੂੰ ਪੂਰਾ ਨਹੀਂ ਬਲਕਿ ਇੱਥੋਂ ਤੱਕ ਕੋਈ ਨਹਿਰ ਸਾਨੂੰ ਲੰਘਾ ਕੇ ਤਾਂ ਗਏ ਨੇ ਅਤੇ ਫਿਰ ਵੀ ਮਤਲਬ ਉਹ ਆਉਂਦੇ ਸਨ ਆ ਵੇਖੋ ਕੋਈ ਗਲਤੀ ਹੋਈ ਸਾਨੂੰ ਮਾਫ਼ ਕਰ ਦਿਓ ਫਿਰ ਤੁਸੀਂ ਉੱਥੋਂ ਆਏ ਕਾਦੀਆਂ ਆ ਕੇ ਬੈਠ ਗਏ ਹਾਂਜੀ ਅਤੇ ਇੱਥੇ ਤੁਹਾਨੂੰ ਉਹਨਾਂ ਨੇ ਇਹ ਕਿਹਾ ਵੀ ਕੋਈ ਮਸਲਾ ਨਹੀਂ ਇਹ ਪਾਕਿਸਤਾਨ ਹੀ ਹੈ ਹਾਂਜੀ ਇੱਕ ਮਹੀਨਾ ਪੂਰਾ ਰਹੇ ਉੱਥੇ ਘਰੋਂ ਮਤਲਬ ਜਾਏ ਨਮਾਜ਼ ਜੋੜ ਕੇ ਇੰਝ ਕਰਕੇ ਅਤੇ ਉਹ ਦਾਣਿਆਂ ਦੇ ਭਰ ਕੇ ਲਿਆਉਂਦੇ ਜਾਏ ਨਮਾਜ਼ ਬੋਰੀਆਂ ਬਣਾਈਆਂ ਅਤੇ ਆਪਣੀ ਖੋਤੀ ਨਾਲ ਲਿਆਂਦੀ ਅੱਛਾ ਗੱਡੇ ਦੇ ਨਾਲ ਖੋਤੀ ਬਣੀ ਸੀ ਉਹਦੇ ਉੱਤੇ ਬਹੁਤ ਬੋਰੀ ਰੱਖੀਆਂ ਚਾ ਦਾਣਿਆਂ ਦੀਆਂ ਚਾਵਲ ਮਕਈ ਅਤੇ ਇਹੋ ਜਿਹਾ ਉਰਾ ਪਰਾ ਮਤਲਬ ਲਾ ਕੇ ਅਤੇ ਦਾਣੇ ਬਣਾਏ ਸਨ ਅਸੀਂ ਮਹੀਨਾ ਪੂਰਾ ਉਹ ਖਾਂਦੇ ਰਹੇ ਉੱਥੇ ਅਤੇ ਆਟਾ ਆਟਾ ਜਿਹੜਾ ਸੀ ਉਹ ਵੀ ਹੈਗਾ ਸੀ ਰੋਟੀਆਂ ਵੀ ਅਸੀਂ ਖਾਂਦੇ ਰਹੇ ਪਕਾ ਪਕਾ ਕੇ ਅਤੇ ਕੈਂਪ ਦੇ ਵਿੱਚ ਹਾਲਤ ਕੀ ਸੀ ਕੈਂਪ ਦੀ ਹਾਲਤ ਇਸ ਨੇ ਬਸ ਜਿਸ ਤਰ੍ਹਾਂ ਆਮ ਬੰਦੇ ਬੈਠੇ ਨੇ ਅੱਛਾ ਕੋਈ ਰੌਲਾ ਉੱਥੇ ਕੈਂਪ 'ਤੇ ਹਮਲਾ ਤਾਂ ਨਹੀਂ ਹੋਇਆ ਨਾ ਨਾ ਜਥਾ ਤਾਂ ਨਹੀਂ ਪਿਆ ਕੋਈ ਨਹੀਂ ਪਿਆ ਸਾਨੂੰ ਅਗਰ ਮਾਰ ਪਈ ਤਾਂ ਪੰਜ ਗ੍ਰਾਈ ਵਾਲੀ ਨਹਿਰ 'ਤੇ ਪਈ ਅੱਲਾ ਮਾਫ਼ ਕਰੇ ਅੱਲਾ ਮਾਫ਼ ਕਰੇ ਜੀ ਨਹੀਂ ਕਰਦਾ ਕਹਿਣ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਹੱਥ ਮੂੰਹ ਲੱਗਦੀਆਂ ਸਨ ਉਹ ਮੂੰਹ ਦੇ ਉੱਤੇ ਕਾਲਖ ਮਲ ਲੈਂਦੀਆਂ ਸੀ ਹੱਥਾਂ ਦੇ ਉੱਤੇ ਕਾਲਖ ਮਲ ਲੈਂਦੀਆਂ ਤੁਰੀਆਂ ਨੇ ਵਿੱਚੋਂ ਜਿਹੜੀ ਕੋਈ ਚੰਗੀ ਕੁੜੀ ਵੇਖਣੀ ਉਹਨੂੰ ਨਾ ਚੁੱਕ ਕੇ ਲੈ ਜਾਣਾ ਅਤੇ ਕੁਛ ਨਹੀਂ ਸੀ ਕੋਈ ਕਹਿ ਸਕਦਾ ਅਸੀਂ ਨਾ ਹੱਥੇ ਸਾਂ ਉਹਨਾਂ ਕੋਲ ਅਸਲਾ ਸੀ ਇਹ ਕਿੱਥੇ ਪੰਜ ਗ੍ਰਾਈ ਕਿੱਥੇ ਸੀ ਇਹ ਜਿਹੜਾ ਨਹਿਰ ਮਤਲਬ ਆਉਂਦੀ ਹੈ ਉੱਥੋਂ ਕਾਦੀਆਂ ਤੋਂ ਥੋੜ੍ਹਾ ਜਿਹਾ ਅੱਗੇ ਕਰਕੇ ਪੰਜ ਅੱਛਾ ਇਹ ਉਦੋਂ ਦਾ ਵਾਕਿਆ ਜਦੋਂ ਤੁਸੀਂ ਇੱਕ ਮਹੀਨੇ ਬਾਅਦ ਕਾਦੀਆਂ ਤੋਂ ਉੱਠੇ ਹੋ ਹਾਂਜੀ ਉਹ ਰਸਤੇ ਵਿੱਚ ਨਹਿਰ ਅੱਛਾ ਫਿਰ ਇੱਕ ਮਹੀਨੇ ਬਾਅਦ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਪਾਕਿਸਤਾਨੀ ਇਹ ਤੇ ਹਿੰਦੁਸਤਾਨ ਉਹਨਾਂ ਨੇ ਫਿਰ ਦੱਸਿਆ ਨਾ ਕਾਦੀਆਂ ਵਾਲਿਆਂ ਨੇ ਅੱਛਾ ਵੀ ਇਹ ਇੱਥੋਂ ਤੱਕ ਹਿੰਦੁਸਤਾਨ ਹੈ ਅੱਛਾ ਹਾਂਜੀ ਫਿਰ ਤੁਸੀਂ ਉੱਥੋਂ ਵੀ ਟੁਰ ਪਏ ਉੱਥੋਂ ਟੁਰ ਪਏ ਫਿਰ ਤੁਹਾਡਾ ਕਾਫਲਾ ਟੁਰਿਆ ਅਤੇ ਅੱਗੇ ਪੰਜ ਗ੍ਰਾਈ ਹਾਂਜੀ ਪੰਜ ਗ੍ਰਾਈਆਂ ਹਾਂਜੀ ਪੰਜ ਗ੍ਰਾਈਆਂ ਵਾਲਾ ਪੁਲ ਮਤਲਬ ਪਤਾ ਨਹੀਂ ਕਿਹਨੂੰ ਕਹਿੰਦੇ ਪੰਜ ਗ੍ਰਾਈਆਂ ਕੀ ਹੁੰਦੀਆਂ ਉਹ ਕਦੀ ਨਹਿਰ ਦੀ ਪਲੜੀ ਦੇ ਉੱਤੇ ਕਦੀ ਵਿੱਚ ਕਦੀ ਪਲੜੀ ਦੇ ਉੱਤੇ ਕਦੀ ਵਿੱਚ ਇਸ ਤਰ੍ਹਾਂ ਮਤਲਬ ਘਰ ਅਤੇ ਇੰਨੀਆਂ ਲਾਸ਼ਾਂ ਪਈਆਂ ਜਿਸ ਤਰ੍ਹਾਂ ਵਾਹਣ ਦੇ ਵਿੱਚ ਢੇਵਾਂ ਪਈਆਂ ਹੁੰਦੀਆਂ ਅਤੇ ਮੈਂ ਛੋਟਾ ਹੀ ਸੀ ਮੈਂ ਅੱਗੇ ਬੀਬੀ ਮਰੀ ਪਈ ਅਤੇ ਮਤਲਬ ਉਹਦੇ ਪੱਖੀ ਐਂ ਕਰਕੇ ਉੱਤੇ ਰੱਖੀ ਉਹਨੇ
ਤੇ ਰੱਖੀ ਤੇ ਮੈਂ ਪੱਖੀ ਪਾਉਣ ਲੱਗਾ। ਮੇਰਾ ਨਾਨਾ ਸੀ, ਉਹਨੇ ਮੈਨੂੰ ਮਤਲਬ ਚਪੇੜ ਮਾਰੀ ਹੌਲੀ ਦੀ, ਕਹਿਣ ਲੱਗਾ ਸਹੁਰਾ ਵਾਹੀ ਦਾ ਨਾ ਹੋਵੇ ਤੇ ਹੁਣ ਪੱਖੀ ਦੀ ਪਈ ਹੈ ਤੈਨੂੰ। ਉਹਨੇ ਆਖਿਆ ਮਰੀ ਪਈ ਤੂੰ ਉਹਦੀ ਪੱਖੀ ਚੁੱਕਣ ਡਿਆ। ਇਸ ਤਰ੍ਹਾਂ ਕਰਕੇ ਤਾਂ ਮਤਲਬ ਹਾਰ ਹੋਇਆ। ਇੱਥੇ ਜਿਹੜੇ ਫਿਰ ਅਸੀਂ ਜਸੜਾਂ ਆਏ ਹਾਂ, ਇੱਥੇ ਪਾਕਿਸਤਾਨ ਦੀ ਹੱਦ ਸੀ। ਅੱਛਾ, ਇਹ ਦੱਸੋ ਕਿ ਪੰਜ ਗ੍ਰਾਈ ਜਿਹੜਾ ਪੋਲ ਹੈ ਜੀ ਜੀ, ਉੱਥੇ ਫਿਰ ਤੁਹਾਨੂੰ ਜੱਥਾ ਜਦੋਂ ਪਿਆ ਹੈ? ਉੱਥੇ ਨਹੀਂ ਪਿਆ, ਉੱਥੇ ਸਿਰਫ ਉਹ ਨਾਲ ਨਾਲ ਹੀ ਫਿਰਦੇ ਸਨ। ਅਤੇ ਆਹ ਜਿਹੜਾ ਆਪਣਾ ਟਿੱਕੇ ਖਾਂ ਹੈ, ਇਹ ਉਸ ਗੱਭਰੂ ਸੀ, ਜਵਾਨ ਸੀ, ਐਡੀ ਕੁ ਛੜੀ ਇਹਦੇ ਹੱਥ ਵਿੱਚ ਸੀ ਬਰੀਕ ਜੀ ਦੇ, ਜਿਹੜਾ ਬਾਅਦ ਚੋਂ ਜਨਰਲ ਟਿੱਕਾ ਖਾਂ ਬਣਿਆ। ਜਿਹੜਾ ਟਿੱਕਾ ਖਾਂ ਬਣਿਆ ਉਸ ਵੇਲੇ ਯੰਗ ਮੈਨ ਸੀ, ਤੁਹਾਡੀ ਉਮਰ ਦਾ ਤਕਰੀਬਨ। ਅਤੇ ਕਿੰਨਾ ਮੀਲ ਮੀਲ ਪਛਾਣ ਨੂੰ ਜਾਂਦਾ ਸੀ, ਮੀਲ ਮੀਲ ਗਾਂ ਨੂੰ ਜਾਂਦਾ ਸੀ, ਸਾਡੇ ਕਾਫਲੇ ਦੇ ਹਿਫਾਜ਼ਤ ਕਰਦਾ ਰਿਹਾ। ਇੱਕ ਛੋਟਾ ਜਿਹਾ ਕਮਾਦ ਸੀਗਾ ਛੋਟਾ ਛੋਟਾ, ਮੈਂ ਉਹਦੇ ਵਿੱਚ ਗੰਨਾ ਭਰਨ ਚਲਾ ਗਿਆ। ਗੰਨਾ ਭਰਨ ਚਲਾ ਗਿਆ ਤਾਂ ਉੱਥੇ ਇੱਕ ਬੀਬੀ ਉਹ ਜਨਾਬ ਸਹਿ ਕੇ ਪਈ ਅਤੇ ਉਹਦੀ ਛਾਤੀ ਕੱਟੀ ਹੋਈ। ਅੱਲਾ ਮਾਫ ਕਰੇ, ਮੈਨੂੰ ਕਹਿੰਦੀ ਵੀਰ ਪਾਣੀ ਦੇ। ਮੈਂ ਜਿਸ ਵੇਲੇ ਉਹ ਬੋਲੀ ਨਾ ਤਾਂ ਮੈਂ ਡਰ ਕੇ ਬਾਹਰ ਨਿਕਲਿਆ ਕਮਾਦ 'ਚੋਂ। ਮੈਂ ਕਿਹਾ ਮੁਰਦਾ ਵਾ ਬੋਲਦੀ ਪਈ ਹੈ, ਬੜਾ ਦੁੱਖ। ਮੈਂ ਅਰਜ਼ ਕੀਤੀ ਤੁਹਾਨੂੰ ਵੀ ਸਾਡੇ ਪੇਟ 8 ਦਿਨ ਖੁਦਾ ਵਾਲੀ ਸ਼ਹਿ ਨਹੀਂ ਖਾਧੀ ਕੋਈ ਵੀ। ਇੱਕ ਜਗ੍ਹਾ 'ਤੇ ਅਸਰ ਕੁ ਵੇਲੇ ਸਾਡਾ ਕਾਫਲਾ ਬੈਠਾ ਅਤੇ ਉੱਥੇ ਜਿਸ ਤਰ੍ਹਾਂ ਮੇਰਾ ਪੋਤਾ ਏਡਾ ਕੁ ਮੁੰਡਾ ਸੀਗਾ ਅਤੇ ਨਾਲ ਦੇ ਟਾਹਲੀ ਦੇ ਛਾਪਿਆਂ ਕਰਕੇ ਖੜ੍ਹੇ ਕੀਤੇ, ਉਹਨਾਂ ਦੇ ਛਾਵੇਂ ਬੈਠਾ ਮੁੰਡਾ ਅਤੇ ਉਹਨਾਂ ਦੇ ਕੋਲ ਲੂਣ ਸੀ ਥੋੜ੍ਹਾ ਜਿਹਾ, ਅਤੇ ਉਹ ਲੂਣ ਦੇ ਨਾਲ ਟਾਹਲੀ ਦੇ ਪੱਤੇ ਬੜੀ ਬੜੇ ਖਾਵੇ। ਮੈਂ ਆਪਣੀ ਮਾਂ ਨੂੰ ਆਖਿਆ, ਮੈਂ ਕਿਹਾ ਮਾਂ ਉੱਥੋਂ ਮੈਨੂੰ ਉਹਨਾਂ ਕੋਲ ਲੂਣ ਲਿਆ ਦੇ ਥੋੜ੍ਹਾ ਜਿਹਾ, ਅਤੇ ਉਹਨੇ ਲੂਣ ਲਿਆ ਕੇ ਤਾਂ ਇੰਨਾ ਉਹ ਮੈਂ ਟੁੱਕ ਟੁੱਕ ਕੇ ਬਾਬਾ ਇੰਨੇ ਪੱਤੇ ਖਾ ਗਿਆ ਅਤੇ ਢਿੱਡ ਭਰਿਆ। ਇਸ ਤਰ੍ਹਾਂ ਦੱਸਿਆ ਕਰਕੇ ਉਂਗਲੀ ਫਿਰੀ, ਕਿੰਨੀਆਂ ਕਿੰਨੀਆਂ ਜੂਆਂ ਨਿਕਲਦੀਆਂ ਸੀ, ਪੇਟ ਜਿਹੜਾ ਸੁੱਕ ਕੇ ਲੱਖ ਨਾਲ ਲੱਗ ਗਿਆ ਸੀ ਇੱਕ ਦੂਸਰੇ ਦੇ। ਐ ਕਰਕੇ ਆਪਣਾ ਕੱਪੜੇ ਚਾਦਰਾਂ ਬਣੀਆਂ ਹੋਣੀਆਂ, ਕਨੀਆਂ ਬਣੀਆਂ, ਵਿਛੜਨਾ ਜਾਈਏ ਕਾਫਲੇ 'ਚੋਂ। ਅੱਲਾ ਮਾਫ ਕਰ, ਅੱਲਾ ਮਾਫ ਕਰੇ। ਹੋਰ ਕੀ ਰਾਹ ਦੇ ਵਿੱਚ ਤੁਸੀਂ ਵੇਖਿਆ? ਬਸ ਇਹੋ ਕੁਝ ਵੇਖਿਆ। ਕੋਈ ਆਪਣੇ ਜਿਹੜੇ ਅੰਗ ਸਾਖ ਸਨ, ਰਿਸ਼ਤੇਦਾਰ ਸਨ, ਕੋਈ ਉਹਨਾਂ ਦੇ ਨਾਲ ਵਾਕਿਆ ਹੋਇਆ ਵੇਖਿਆ? ਨਹੀਂ, ਮਾਸ਼ਾਅੱਲਾ ਸੀ, ਮਤਲਬ ਪੂਰੇ ਦੇ ਪੂਰੇ ਜੀ ਆਏ, ਪੂਰੇ ਦੇ ਜੀ ਆਏ। ਹੋਰ ਮਤਲਬ ਖੜੀਆਂ ਜਨਾਨੀਆਂ ਉਹਨਾਂ ਨੇ ਬੜੀਆਂ, ਲੇਕਿਨ ਅਲਹਮਦੁਲਿਲਾ ਸਾਡੇ ਤਾਂ ਨਹੀਂ ਵਾਰ ਆਇਆ ਕੋਈ। ਮੇਰੇ ਨਾਨਕੇ ਸੀ, ਮੇਰੇ ਫੁਫੇਰ ਸਨ, ਫੁੱਫੀਆਂ ਸਨ, ਅਤੇ ਮਾਸ਼ਾਅੱਲਾ ਅਸੀਂ ਬਾਬਾ ਜੀ ਸਨ। ਨਹੀਂ ਕੋਈ ਵਾਕਿਆ। ਅੱਛਾ, ਨਾਨਕੇ ਵੀ ਉੱਥੇ ਨੇੜੇ ਹੀ ਸਨ? ਨਾਨਕੇ ਜਲਾਲਪੁਰ ਸਨ। ਅੱਛਾ, ਹਾਂਜੀ, ਉਹ ਵੀ ਉੱਥੇ ਆ ਗਏ ਸਨ, ਬਾਗੜੀਆਂ। ਹਾਂਜੀ, ਬਾਗੜੀਆਂ ਨੇ ਕਾਦੀਆਂ। ਉਹ ਅੱਛਾ, ਉਹ ਵੀ ਕਾਦੀਆਂ ਆ ਗਏ। ਉਹ ਵੀ ਕਾਦੀਆਂ ਆ ਗਏ, ਫਿਰ ਕਾਦੀਆਂ ਤੋਂ ਇਕੱਠੇ ਤੁਸੀਂ ਟੁਰ ਗਏ। ਹਾਂਜੀ, ਉਹ ਵੀ ਮਹਿਫੂਜ਼ ਰਹਿ, ਕੋਈ ਉਹਨਾਂ ਨਾਲ ਮਾਮਲਾ ਨਹੀਂ ਬਣਿਆ। ਹਾਂਜੀ, ਕੋਈ ਨਾ। ਅੱਛਾ, ਫਿਰ ਇਹ ਤੁਹਾਡਾ ਕਾਫਲਾ ਟੁਰਿਆ, ਕਾਫਲਾ ਟੁਰ ਕੇ ਫਿਰ ਤੁਸੀਂ ਡੇਰਾ ਬਾਬਾ ਨਾਨਕ ਪਹੁੰਚੇ ਜੀ? ਡੇਰਾ ਬਾਬਾ ਇੱਥੇ ਜਸੜਾ ਸਟੇਸ਼ਨ ਆ। ਅੱਛਾ, ਮੈਂ ਗਿਆ ਵਾਂ ਇੱਕ ਦਿਨ, ਅਤੇ ਜਸੜਾ ਸਟੇਸ਼ਨ ਮਾਸ਼ਾਅੱਲਾ ਹੈਗਾ ਅਤੇ ਖੱਸੀ ਜਾਈ, ਅਤੇ ਉਂਝ ਯਾਦ ਆਉਂਦੀ ਸੀ ਮੈਂ ਕਦੀ ਇੱਥੇ ਆਏ ਸੀ ਅਸੀਂ। ਉਹ ਹਾਲਤ ਵੀ ਅੱਖਾਂ ਅੱਗੇ ਆ ਗਈ ਹੋਈ, ਕਿਹੜੀ ਹਾਲਤ 'ਚ ਅਸੀਂ ਇੱਥੇ ਪਹੁੰਚੇ ਸੀ? ਹਾਂਜੀ, ਇੱਥੋਂ ਫਿਰ ਇਹਨੇ ਸਾਨੂੰ ਵਜ਼ੀਰਾਬਾਦ ਖੜਿਆ, ਵਜ਼ੀਰਾਬਾਦ ਮਾਲ ਗੱਡੀ 'ਤੇ ਬਿਠਾ ਕੇ ਫੈਸਲਾਬਾਦ ਖੜਿਆ। ਫੈਸਲਾਬਾਦ ਸਾਨੂੰ ਸਹੂਲਤ ਬੜੀ ਮਿਲੀ, ਹਾਲਾਂਕਿ ਮੇਰਾ ਉਸ ਜ਼ਮਾਨੇ ਦੇ ਵਿੱਚ ਇੰਨੇ ਪੈਸੇ ਜਿਹੜੇ ਨੇ ਬੜੇ ਪੈਸੇ ਮੂਰਖ ਆਉਂਦੇ ਨੇ। ਮੇਰਾ ਖਿਆਲ ਹੈ ਵੀ ਉਹ 16,000 ਰੁਪਇਆ ਮੇਰੀ ਮਾਂ ਨੇ ਮਤਲਬ ਕਿ ਮੇਰੇ ਇੱਥੇ ਦੇ ਕੇ ਸੀਤਾ ਸੀ, ਅਤੇ ਉਹ ਜਨਾਬ ਸਾਨੂੰ ਆਉਂਦੇ 100 ਰੁਪਇਆ ਦਿਓ, ਘੰਟਾ ਘਰ ਦੇ ਵਿੱਚ ਜਿਹੜੀ ਮਰਜ਼ੀ ਦੁਕਾਨ ਦਾ ਤਾਲਾ ਤੋੜੋ, ਇਸ ਜੋ ਕੁਛ ਇਹਦੇ ਵੇਚਣ ਉਹ ਵੀ ਤੁਹਾਡਾ ਹੀ ਆ, ਅਤੇ ਤਾਲਾ ਤੋੜੋ। ਲੇਕਿਨ ਸਾਡੇ ਵਾਲਦ ਸਾਹਿਬ ਉਹ ਕਹਿੰਦੇ ਓਏ ਟੱਟੀ ਪਿਸ਼ਾਬ ਕਿੱਥੇ ਜਮ੍ਹਾਂ ਕਰਾਂਗੇ ਕਰਨ, ਇਹ ਤਾਂ ਕਬਰਾਂ ਵਾ ਮਕਾਨ ਨੇ। ਇਸ ਤਰ੍ਹਾਂ ਕਰਕੇ ਤਾਂ ਮਤਲਬ ਨਹੀਂ ਫਿਰ ਉੱਥੇ ਰਹੇ। ਫਿਰ ਉੱਥੋਂ ਤੁਸੀਂ ਟੁਰੇ? ਉੱਥੋਂ ਫਿਰ ਅਸੀਂ ਅਬਦੁੱਲਾਪੁਰ ਪਿੰਡ ਹੈਗਾ, ਇੱਥੋਂ ਦਾ ਆਪਣਾ ਹੈਗਾ ਸੀ ਚੋਰੀ ਅਸ਼ਰਫ। ਅੱਛਾ, ਇਹ ਉੱਥੇ ਸਾਡੇ ਮਤਲਬ ਜਾ ਕੇ ਲੱਗਾ ਸੀ, ਕਾਨੂੰਨ ਸਾਡੇ ਲਾਗੇ ਸੀ ਸ਼ਹਿਰ, ਉੱਥੇ ਥਾਣੇਦਾਰ ਲੱਗਾ ਸੀ,
ठंडार लगा सी ते मतलब ओदी विसात दे नाल सी इत्थे आ गए इत्थे आ गए ते मतलब एक अलहमदुल्ला मतलब असीं खांदे पींदे घर दे सी इत्थे छन्ना लस्सी दा दे के ते आखणा साडी मिट्टी खिलाओ ओह साडा प्यो कहण लगा इह नहीं कम होणा साडे को सानू मतलब छन्ने लस्सी दे विच मिट्टी लाउणी असीं उत्थों इत्थे मंडी च आ गए मंडी बिल्कुल बेआबाद सी कोई खुदा वाली शह नहीं सी इत्थे खुदा वाली शह ही नहीं सी इत्थे ए मंडी ढाबा उदों किड्डा कु सी ए शहर ए शहर छोटा सी इत्थे मैं कहिंदा सी मतलब बाजार जिहड़ा इधर आउंदा ना इस रोज आउंदा इस परले पासे कोई थोड़ा शहर सी दो गलियां बाकी उरले पासे इहदे चार दरवाजे सी चार दरवाजे सी ते उस गली दे मतलब एक सी उहदे दो दरवाजे सी एक परली साइड ते एक उरली साइड ते अच्छा ते असीं फिर इत्थे आ के मतलब रहण जिहड़े ते दुकान असीं ले ली ते असीं आखिआ हुण पाईए की करिए की ओह जनाब मतलब एक होया है कि अपना असीं दुकान 13 रुपये की बेच दित्ती अच्छा 13 रुपये की बेच दित्ती मुड़ के फिर तक्याली चले गए तक्याली फतेह मोहम्मद तार जिहड़ा नंबरदार सी ਉਹ ਕਹਿਣ ਲੱਗਾ ਯਾਰ ਤੁਸੀਂ ਇੱਥੇ ਆ ਜਾਓ ਸਾਡੇ ਕੋਲ ਅਤੇ ਅਸੀਂ ਆਖਿਆ ਸਾਨੂੰ ਆਉਂਦਾ ਕੁਛ ਨਹੀਂ ਉਹਨੇ ਆਖਿਆ ਵਾਹੀ ਆਉਂਦੀ ਤੁਹਾਨੂੰ ਇੱਕ ਆਉਂਦੀ ਹੈ ਆਖਿਆ ਉਹ ਤੁਹਾਨੂੰ ਜ਼ਮੀਨ ਦੇਣੇ ਫਿਰ ਉਹਨਾਂ ਨੇ ਮਤਲਬ ਕਿ ਸਾਨੂੰ ਜ਼ਮੀਨ ਦਿੱਤੀ ਕਹਿਣ ਲੱਗਾ ਵੀ ਵਾਹ ਇਹਨੂੰ ਦਿਖਾਓ ਅਸੀਂ ਆਖਿਆ ਠੀਕ ਹੈ ਉਹਨੇ ਜਿਵੇਂ ਸਾਡੀ ਆਪਣੀ ਅਲਾਟ ਹੋ ਗਈ ਕੁਛ ਉਹ ਸੀ ਸਾਡੇ 3 ਕਿੱਲੇ ਕੁਛ ਮਤਲਬ 2-3 ਕਿੱਲੇ ਸੀ ਠੇਕੇ ਠੁਕੇ ਦੇ ਇਸੇ ਤੇ ਲਈ ਉਹਦਾ ਨਾਲ ਗੁਜ਼ਾਰਾ ਕਰਦੇ ਰਹੇ ਉਹ 40 ਕਮਾ ਨਹੀਂ ਆ ਸਕੀ ਨਾ ਆਖਰ ਤੇ ਇੱਕ ਗੱਲ ਪੁੱਛਣੀ ਜੀ ਜੀ ਪਿੰਡ ਆਪਣਾ ਉਹ ਯਾਦ ਆਉਂਦਾ ਬੜਾ ਬੜਾ ਯਾਦ ਆਉਂਦਾ ਬਲਕਿ ਮੈਂ ਇੱਕ ਦਿਨ ਸੋਚਦਾ ਸਾਂ ਮੈਂ ਕਿਹਾ ਵੀ ਕਿੜੀ ਦੇ ਵਿੱਚ ਕੋਈ ਜਾਣਦਾ ਕੋਈ ਨਹੀਂ ਕਿਉਂ ਅਸੀਂ ਛੋਟੇ ਸੀ ਆਪਣੇ ਵੱਡਿਆਂ ਦਾ ਤਾਰਫ ਕਰਾਉਣਾ ਤੇ ਫੇਰ ਹੀ ਕਿਤੋਂ ਲੱਭਣਾ ਅਵਲ ਤੇ ਸਾਨੂੰ ਆਪਣੇ ਮਹੱਲੇ ਗਲੀ ਦਾ ਨਹੀਂ ਪਤਾ ਤੇ ਉੱਥੇ ਬਾਗੜੀਆਂ ਜਾਵਾਂ ਮੈਂ ਉੱਥੋਂ ਫਿਰ ਕੇ ਨਾ ਆਵਾਂ ਉਹ ਮੇਰਾ ਇੱਕ ਦੋਸਤ ਸੀ ਡੋਗਰ ਫੌਤ ਹੋ ਗਿਆ ਵਾ ਲਾਲ ਜਾਨਾ ਨਸੀਬ ਕਰੇ ਉਹ ਤਲਵੰਡੀ ਚੌਧਰੀਆਂ ਦਾ ਸੀ ਤੇ ਉਹ ਕਹਿੰਦਾ ਯਾਰ ਚੱਲ ਚਲੀਏ ਮੈਂ ਕਿਹਾ ਠੀਕ ਹੈ ਚੱਲਾਂਗਾ ਮੇਰਾ ਮਾਮਾ ਸੀ ਇੱਥੇ ਸ਼ਿਵਪੁਰੇ ਹੁੰਦਾ ਜਹਾਂਗੀਰ ਬਾਜ਼ਾਰ ਦੇ ਵਿੱਚ ਹਾਜੀ ਮਹਾਰਾਜਦੀਨ ਉਹਦਾ ਨਾਂ ਸੀ ਉਹ ਜਾਂਦਾ ਸੀਗਾ ਕਈ ਵਾਰੀ ਗਿਆ ਇੰਡੀਆ ਕਹਿੰਦਾ ਚੱਲ ਪਿੰਡ ਵਿਖਾ ਕੇ ਲਿਆਵਾਂ ਮੈਂ ਜਾਣ ਹੀ ਨਹੀਂ ਹੋਇਆ ਬੜਾ ਯਾਦ ਹੁੰਦਾ ਨਕਸ਼ਾ ਅੱਜ ਵੀ ਅੱਖਾਂ ਦੇ ਸਾਹਮਣੇ ਹਾਂਜੀ ਬਿਲਕੁਲ ਇਸ ਤਰ੍ਹਾਂ ਲੈਂਦੇ ਬੂਆ ਸੀ ਸਾਡਾ ਇੱਧਰ ਸਾਡੇ ਮਕਾਨ ਸੀ ਇੱਥੇ ਵਿਹੜਾ ਤੇ ਆ ਬਾਕੀ ਸਾਰਾ ਖੁੱਲ੍ਹਾ ਸਾਰਾ ਯਾਦ ਹੁੰਦਾ ਤੇ ਮੌਕਾ ਮਿਲੇ ਤੇ ਵੇਖਣ ਜਾਓਗੇ ਪਿੰਡ ਆਪਣਾ ਜੇ ਮੌਕਾ ਮਿਲੇ ਤੇ ਮੈਂ ਵੇਖਣਾ ਜ਼ਰੂਰ ਹੈ ਅੱਛਾ ਹਾਂਜੀ ਸ਼ੌਕ ਹੈ ਸ਼ੌਕ ਹੈ ਹਾਂਜੀ ਉਹ ਜਿਹੜੀ ਆਪਣਾ ਬਗੋਲਾ ਨਹੀਂ ਨਹਿਰ ਹੈ ਹਾਂਜੀ ਉਹ ਵੇਖਣ ਨੂੰ ਜੀ ਕਰਦਾ ਅੱਛਾ ਹਾਂਜੀ ਪਹਿਲੀ ਆਪਣੀ ਵੇਖਣ ਨੂੰ ਦਿਲ ਕਰਦਾ ਪਹਿਲੀ ਵੇਖਣ ਨੂੰ ਜੀ ਕਰਦਾ ਮਾਮਾ ਮੇਰਾ ਗਿਆ ਸੀ ਉੱਥੇ ਮੈਂ ਕਿਹਾ ਤੁਸੀਂ ਉੱਥੇ ਪਿੰਡ ਗਏ ਉਹ ਕਹਿੰਦਾ ਹਾਂ ਮੈਂ ਕਿਹਾ ਦਰਿਆ ਕਹਿੰਦੇ ਮਤਲਬ ਕੇ ਕਾਮ ਸ਼ਾਹ ਹੋ ਜਾਂਦਾ ਤੇ ਉਹ ਕਹਿਣ ਲੱਗਾ ਨਹੀਂ ਬਿਆਸ ਉੱਥੇ ਦਾ ਉੱਥੇ ਹੀ ਹੈ ਉੱਥੇ ਆਪਣੀ ਉਸੇ ਜਗ੍ਹਾ 'ਤੇ ਚੱਲਣ ਦੇ ਹੈ ਵੱਡੇ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਸਕੂਨ ਮਿਲਿਆ ਅੱਲਾ ਪਾਕ ਤੁਹਾਡੀ ਹਯਾਤੀ ਕਰੇ ਅੱਲਾ ਪਾਕ ਤੁਹਾਨੂੰ ਸੇਧ ਦੇਵੇ ਬੜੀ ਮਿਹਰਬਾਨੀ ਜੀ ਅਸਲਾਮ ਅਲੈਕੁਮ